जितु जाना यीशु दे कोल है मुखो हल्लेलुया दा नारा बोले जितु जाना यीशु दे कोल है मुखो हल्लेलुया दा नारा बोले जितु जाना यीशु दे कोल है मुखो हल्लेलुया दा नारा बोले
ਜਨ ਜੈ ਸ਼੍ਰੀ ਅੱਜ ਮਾਂ ਮਰੀਅਮ ਦੀ ਤਿਉਹਾਰ ਦੀ ਸਮਾਪਤੀ ਦਾ ਦਿਨ ਹੈ ਆਏ ਹੋਏ ਸਾਰੇ ਸੰਗਤਾਂ ਦਾ ਜੀ ਆਇਆ ਆਖਦੇ ਹਾਂ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ਅਪੋਸਟੋਲਿਕ ਐਡਮਿਨਿਸਟ੍ਰੇਟਰ ਬਿਸ਼ਪ ਅਗਨੇਲੋ ਰੂਫਿਨੋ ਗ੍ਰੇਸ਼ੀਅਸ ਸਾਡੇ ਵਿਚਕਾਰ ਆਇਆ ਹੈ ਬਿਸ਼ਪ ਜੀ ਦਾ ਸਾਡੇ ਇਲਾਕੇ ਦੇ ਪੈਰਿਸ਼ ਕਾਉਂਸਲ ਅਤੇ ਸਾਰੇ ਕਮੇਟੀਆਂ ਪੈਰਿਸ਼ਨਰਸ ਸਭ ਦੇ ਨਾਮ 'ਤੇ ਬਿਸ਼ਪ ਸਾਹਿਬ ਜੀ ਦਾ ਜੀ ਆਇਆ ਆਖਦੇ ਹਾਂ ਅਸੀਂ ਤਾਲੀ ਵਜਾ ਕੇ ਸਾਰੇ ਨਾਲੇ ਸਾਡੇ ਨਾਲ ਪਾਕ ਮਾਸ ਦੀ ਕੁਰਬਾਨੀ ਦੇ ਲਈ ਅਤੇ ਪ੍ਰਭੂ ਦੇ ਵਚਨ ਸੰਦੇਸ਼ ਦੇਣ ਲਈ ਫਦ ਜੋਨ ਤੇਜਾ ਜੋ ਬ੍ਰਦਰ ਲੋਕਾਂ ਦੀ ਤਿਆਰੀ ਕਰਨ ਦਾ ਮਾਈਨਰ ਸੈਮੀਨਰੀ ਡਾਇਰੈਕਟਰ ਹੈ ਅਤੇ ਸਾਡੇ ਪ੍ਰਾਰਥਨਾ ਭਵਨ ਦੇ ਟੀਵੀ ਦੇ ਜੋ ਡਾਇਰੈਕਟਰ ਹੈ ਫਦ ਮਾਰਟਿਨ ਸਾਰਿਕ ਸਾਡੇ ਵਿਚਕਾਰ ਆਏ ਅਸੀਂ ਇਹਨਾਂ ਦੋਵਾਂ ਫਾਦਰਾਂ ਦਾ ਜੀ ਆਇਆਂ ਆਖਦੇ ਹਾਂ ਨਾਲੇ ਸਾਡੇ ਨਾਲ ਹੈ ਮੋਨਸੀਨਿਓਰ ਡੈਨੀਅਲ ਗਿੱਲ ਅਤੇ ਫਾਦਰ ਜੇਮਸ ਚਾਖੋ ਜੋ ਸਾਰੇ ਦੇਖ ਰੇਖ ਕਰ ਰਿਹਾ ਹੈ ਅਸੀਂ ਸਾਡੇ ਆਪਣੇ ਸਭ ਜ਼ਰੂਰਤਾਂ ਨੂੰ ਸਭ ਲੋੜਾਂ ਨੂੰ ਸਾਡੇ ਇਲਾਕੇ ਦੇ ਸਭ ਜ਼ਰੂਰਤਾਂ ਨੂੰ ਖੁਦਾ ਦੇ ਚਰਨਾਂ ਦੇ ਵਿੱਚ ਮਾਂ ਮਰੀਅਮ ਦੇ ਹੱਥੀਂ ਸੌਂਪ ਕੇ ਪਾਕ ਮਾਸ ਦੀ ਕੁਰਬਾਨੀ ਸ਼ੁਰੂ ਕਰਾਂਗੇ ਬਿਸ਼ਪ ਸਾਹਿਬ ਜੀ ਦੇ ਅੱਗੇ ਬਿੰਦੀ ਹੈ ਕਿ ਪਾਕ ਮਾਸ ਦੀ ਕੁਰਬਾਨੀ ਛਡਾਓ ਬਾਪ ਉੱਥੇ ਬੈਠੇ ਅਤੇ ਰੂਹ ਪਾਕ ਦੇ ਨਾਂ ਉੱਥੇ ਆਮੀਨ ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪਿਆਰੇ ਭਰਾਓ ਅਤੇ ਭੈਣੋ ਅੱਜ ਅਸੀਂ ਸਾਰੇ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਸਾਡੀ ਦਿਓਸੀਸ ਦੀ ਸਰਪ੍ਰਸਤ ਦੇ ਜਸ਼ਨ ਦੀ ਸਮਾਪਤੀ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਬੀਤੇ ਦੋ ਹਫ਼ਤਿਆਂ ਤੋਂ ਵਿਸ਼ਵਾਸੀ ਲੋਕ ਵੱਖਰੀਆਂ ਵੱਖਰੀਆਂ ਪਾਰਿਸ਼ਾਂ ਤੋਂ ਗਰੁੱਪਾਂ ਦੇ ਵਿੱਚ ਵੀ ਗਰੁੱਪਾਂ ਦੇ ਰੂਪ ਵਿੱਚ ਇੱਥੇ ਆ ਰਹੇ ਸਨ ਅਸੀਂ ਖਾਸ ਤੌਰ 'ਤੇ ਧਨ ਕੁਮਾਰੀ ਮਰੀਅਮ ਦੁਆਰਾ ਸਾਡੀ ਦਾਇਓਸੀਸ ਨੂੰ ਅਤੇ ਵਿਸ਼ਵਾਸੀਆਂ ਨੂੰ ਦਿੱਤੇ ਤਮਾਮ ਵਧਾਨਾਂ ਲਈ ਮਰੀਅਮ ਦਾ ਦਿਲੋਂ ਧੰਨਵਾਦ ਕਰੀਏ ਇੱਕ ਰਾਣੀ ਦੀ ਤਰ੍ਹਾਂ ਮਰੀਅਮ ਕੋਲ ਸਾਡੀ ਮਦਦ ਕਰਨ ਲਈ ਬਲ ਹੈ ਅਤੇ ਇੱਕ ਮਾਂ ਦੀ ਤਰ੍ਹਾਂ ਆਪਣੇ ਬੱਚੋ ਦੀ ਮਦਦ ਕਰਨ ਲਈ ਉਸ ਕੋਲ ਤਰਸਵਾਨ ਦਿਲ ਹੈ ਹਮੇਸ਼ਾ ਤਿਆਰ ਹੈ ਅੱਜ ਜਿਵੇਂ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਆਓ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਉਸਦੇ ਪੈਰਾਂ ਵਿੱਚ ਰੱਖਦੇ ਹੋਏ ਅਤੇ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਲਈ ਆਪਣੀਆਂ ਪਰਿਸ਼ਾਂ ਲਈ ਆਪਣੇ ਪੰਜਾਬ ਪ੍ਰਦੇਸ਼ ਲਈ ਅਤੇ ਆਪਣੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰੀਏ ਅਤੇ ਬਰਕਠਾ ਮੰਗੀਏ ਹੁਣ ਕੁਝ ਸਮਾਂ ਮੌਨ ਰੱਖ ਕੇ ਇਸ ਜਸ਼ਨ ਨੂੰ ਮਨਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ ਪਿਆਰੇ ਭਰਾਓ ਅਤੇ ਭੈਣੋ ਇਹਨਾਂ ਪਵਿੱਤਰ ਫੇਰਾਂ ਨੂੰ ਯੋਗਦੰਗ ਨਾਲ ਮਨਾਉਣ ਲਈਏ ਅਸੀਂ ਆਪਣੇ ਗੁਨਾਹ ਨੂੰ ਕਬੂਲ ਕਰੀਏ
भूमि कुदत वाला खुदा साढ़े उत्ते दया करो अते साढ़े गुनाह नु माफ करके सानू सदीवी जीवन तक पहुंचावे। हे प्रभु दया करो, हे प्रभु दया करो, हे मसीह दया करो, हे मसीह दया करो, हे प्रभु ਅਸੀਂ ਪ੍ਰਾਰਥਨਾ ਕਰੀਏ। ਇਹ ਤਰਸਮੰਦ ਖੁਦਾ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਸਹਾਰਾ ਬਣ ਜਾ। ਆਪਣੇ ਬੇਟੇ ਦੀ ਬੇਦਾਗ ਮਾਂ ਕੁਮਾਰੀ ਮਰੀਅਮ ਦੀ ਸਿਫਾਰਿਸ਼ ਰਾਹੀਂ ਬਖਸ਼ ਦੇ ਕਿ ਅਸੀਂ ਗੁਨਾਹ ਤੋਂ ਬਰੀ ਹੋ ਕੇ ਨਵੇਂ ਜੀਵਨ ਵਿੱਚ ਦਾਖਲ ਹੋਈਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੇ ਇਕਤਾ ਵਿੱਚ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ।
दुनिया की दनाई विच अते खुदा की बजुर्गी विच बहुत फर्क है। जिहड़े लोग खुदा की बजुर्गी नूं प्यार करदे हन अते उस नूं भला आखदे हन उस नूं हासिल करदे हन अते खुदा दा जलाल उन्हां नूं शांति प्रदान करता है। पाठ पहला दनाई दा ग्रंथ उहदा 6:12 तो लैके 16 तक। जिहड़े बुद्धि नूं लभदे हन उस नूं प्राप्त कर लैंदे हन। बुद्धि कदे मलीन नहीं हुंदी। जिहड़े लोग उस नूं प्यार करदे हन ਉਹ ਉਸ ਨੂੰ ਪਛਾਣਦੇ ਹਨ। ਜੋ ਉਸ ਨੂੰ ਲੱਭਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। ਜੋ ਉਸ ਨੂੰ ਚਾਹੁੰਦੇ ਹਨ ਉਹ ਖੁਦ ਆ ਕੇ ਉਹਨਾਂ ਨੂੰ ਆਪਣੀ ਪਹਿਚਾਣ ਦਿੰਦੀ ਹੈ। ਜੋ ਉਸ ਨੂੰ ਲੱਭਣ ਲਈ ਤੜਕੇ ਉੱਠਦੇ ਹਨ ਉਹਨਾਂ ਨੂੰ ਮਿਹਨਤ ਕਰਨੀ ਪਵੇਗੀ। ਉਹ ਉਸ ਨੂੰ ਆਪਣੇ ਦਰਵਾਜ਼ੇ ਅੱਗੇ ਬੈਠਿਆ ਪਾਉਣਗੇ। ਉਸ 'ਤੇ ਵਿਸ਼ਵਾਸ ਕਰਨਾ ਬੁੱਧੀਮਾਨ ਦੀ ਭਰਪੂਰਤਾ ਹੈ। ਜੋ ਉਸ ਲਈ ਜਾਗੇਗਾ ਉਹ ਜਲਦੀ ਹੀ ਪੂਰਨ ਸ਼ਾਂਤੀ ਪ੍ਰਾਪਤ ਕਰੇਗਾ। ਉਹ ਖੁਦ ਉਹਨਾਂ ਲੋਕਾਂ ਦੀ ਤਲਾਸ਼ ਵਿੱਚ ਨਿਕਲਦੀ ਹੈ ਜੋ ਉਸ ਦੇ ਯੋਗ ਹਨ। ਉਹ ਉਹਨਾਂ ਨੂੰ ਰਸਤੇ ਵਿੱਚ ਦਿਖਾਈ ਦਿੰਦੀ ਹੈ। ਉਹਨਾਂ ਦੇ ਹਰੇਕ ਵਿਚਾਰ ਵਿੱਚ ਉਹਨਾਂ ਨਾਲ ਮਿਲਣ ਆਉਂਦੀ ਹੈ। ਇਹ ਪ੍ਰਭੂ ਦੀ ਬਾਣੀ ਹੈ। ਮੇਰੇ ਸ਼ਾ ਖੁਦਾ ਬੰਦਾ ਵਧਿਆਈ ਤੇਰੀ ਕਰਾਂਗਾ। मेरे शाह खुदा बंदा वडियाई तेरी करांगा। Yeah.
नाम संत पौलुस का पहला पत्र चार बाब 13-18 तक। जो लोग मसीह की संगत विच हो के मर गए हैं खुदा उन्होंने उसी तरह मसीह के वसीले नाल जिंदा करेगा। प्रो असी नहीं चाहते कि तुसी मौत की नींद सौन वालिया बारे अनजान रहो अते तुसी दूजे लोगों के वांग सोग मनाओ जिन्हों की कोई उम्मीद नहीं है। असी ईमान रखते हाँ कि येसु मर गया अते जी उठा है। इस तरह ही जो लोग मसीह की संगत विच हो के मर गए हैं खुदा उन्होंने उसे तरह मसीह के वसीले नाल जिंदा करेगा। सानू प्रभु तो जो सिख्या मिली है उसके अनुसार असी तुहानू ये ऐलान करते हाँ कि असी जो जिंदे हाँ अते जो प्रभु की आमद तक बाकी बचे हाँ असी मरे हुए लोगों नालों महिमा विच किसी तरह भी पहला प्रवेश नहीं करांगे क्योंकि जदों आग्या की उच्ची आवाज़ नाल अते महा फरिश्ते की पुकार अते खुदा दे बिगल की धुन नाल प्रभु आप स्वर्गा तो उतरेगा तद जो लोग मसीह विच मरे हैं वह पहला जी उठणगे। इसके बाद असी जो उस समय तक जिउंदे होवांगे उन्हां दे नाल बदलां उत्ते चुक ले जावांगे अते आकाश विच प्रभु नूं मिलांगे। सो इस तरह असी प्रभु दे नाल हमेशा रहांगे। इस लई तुसी इन्हां गल्लां नाल एक दूजे नूं दिलासा दिंदे रहो। ये प्रभु दी बाणी है। खुदा दा शुक्र होवे। नारे लगावांगे खुशी नाल गावांगे हम यहोवा दी सुनावांगे नारे लगावांगे खुशी नाल गावांगे हम यहोवा दी सुनावांगे प्रभु तुहाडे नाल होवे अते तुहाडे नाल होवे। पाठ पवित्र अंजील संमति दे अनुसार तेरी वडियाई होवे अय प्रभु। स्वर्ग राज उन्हां 10 कुआरियां वांग होवेगा जो अपना दीवा लैके लाड़े नूं मिलन दे लई निकलियां हन। उन्हां विच्चों 5 मूर्ख सन अते 5 होशियार। मूर्खां ने आपो अपना दीवा तां लिया पर उन्हां ने अपने नाल कोई तेल ना लिया पर होशियारां ने आपो अपने दीवियां दे नाल कुप्पियां विच तेल भी लै लिया। जदों लाड़े दे आउण विच देरी होई तां उह सारियां लगाउण लगियां अते सौं गईयां पर अधी रात नूं होका दित्ता गया वेखो लाड़ा आ गया है उस नूं मिलण दे लई आओ। तद उह सारियां कुआरियां उठियां अते उन्हां ने अपने दीवे बत्तियां सवारियां अते मूर्ख कुआरियां ने होशियारां नूं कहा अपने तेल विच्चों थोड़ा सानू दे दिओ क्योंकि साडे दीवे बुझ रहे हन। पर होशियारां ने उत्तर दिता शायद यह तेल साडे लई अते तुहाडे लई काफ़ी ना होवे बेहतर यह है कि तुसी वेचण वालियां कोल जा के अपने लई मुल लै आओ।
ਜਦੋਂ ਉਹ ਖਰੀਦਣ ਲਈ ਗਈਆਂ ਤਾਂ ਲਾੜਾ ਆ ਗਿਆ ਅਤੇ ਜਿਹੜੀਆਂ ਤਿਆਰ ਸਨ ਉਹ ਲਾੜੇ ਦੇ ਨਾਲ ਵਿਆਹ ਭੋਜ ਦੇ ਲਈ ਅੰਦਰ ਲੰਘ ਗਈਆਂ ਅਤੇ ਬੂਹਾ ਬੰਦ ਹੋ ਗਿਆ। ਮਗਰੋਂ ਦੂਜੀਆਂ ਕੁਆਰੀਆਂ ਵੀ ਆ ਪਹੁੰਚੀਆਂ ਅਤੇ ਕਹਿਣ ਲੱਗੀਆਂ, ਪ੍ਰਭੂ ਪ੍ਰਭੂ ਸਾਡੇ ਲਈ ਬੂਹਾ ਖੋਲ੍ਹੋ। ਪਰ ਉਸਨੇ ਅੰਦਰੋਂ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮੈਂ ਤੁਹਾਨੂੰ ਨਹੀਂ ਜਾਣਦਾ ਹਾਂ। ਇਸ ਲਈ ਚੌਕਸ ਰਹੋ, ਕਿਉਂਕਿ ਤੁਸੀਂ ਨਾ ਤਾਂ ਉਸ ਦਿਨ ਨੂੰ ਜਾਣਦੇ ਹੋ ਅਤੇ ਨਾ ਹੀ ਉਸ ਘੜੀ ਨੂੰ ਜਦੋਂ ਮਨੁੱਖ ਦਾ ਪੁੱਤਰ ਆਉਣ ਵਾਲਾ ਹੈ। ਪ੍ਰਭੂ ਦੀ ਅੰਜੀਲ। ਮਸੀਹ ਵਿੱਚ ਪਿਆਰੇ ਬਿਸ਼ਪ ਸਾਹਿਬ ਜੀ, ਫਾਦਰ ਸਾਹਿਬਾਨ, ਸਿਸਟਰ ਸਾਹਿਬਾਨ, ਮੁਨਾਦ ਭਰਾਓ ਅਤੇ ਆਏ ਹੋਏ ਸਾਰੇ ਵਿਸ਼ਵਾਸੀਓ, ਰੂਹ ਪਾਕ ਦੀਆਂ ਸੱਤ ਬਖਸ਼ਿਸ਼ਾਂ ਆਉਂਦੀਆਂ ਤੁਹਾਨੂੰ, ਰੂਹ ਪਾਕ ਦੀਆਂ ਸੱਤ ਬਖਸ਼ਿਸ਼ਾਂ ਆਉਂਦੀਆਂ। ਪਹਿਲੀ ਬਖਸ਼ਿਸ਼ ਕਿਹੜੀ ਹੈ? ਹਿਕਮਤ। ਹਿਕਮਤ ਨੂੰ ਅਸੀਂ ਜਦੋਂ ਇੱਕ ਉਰਦੂ ਲਫ਼ਜ਼ ਹੈ, ਹਿਕਮਤ ਦਾ ਮਤਲਬ ਹੈ ਵਿਜ਼ਡਮ, ਦਨਾਈ। ਅਤੇ ਅੱਜ ਦਾ ਜੋ ਪਹਿਲਾ ਪਾਠ ਹੈ ਉਹ ਦਨਾਈ ਦੀ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ। ਤੁਸੀਂ ਸਾਰਿਆਂ ਨੇ ਧਿਆਨ ਦੇ ਨਾਲ ਸੁਣਿਆ ਹੈ ਅੱਜ ਦਾ ਪਹਿਲਾ ਪਾਠ, ਧਿਆਨ ਨਾਲ ਦਿੱਤਾ ਹੈ? ਜੇਕਰ ਧਿਆਨ ਨਹੀਂ ਦਿੱਤਾ ਹੈ ਤਾਂ ਹੁਣ ਤੁਹਾਡਾ ਧਿਆਨ ਮੈਂ ਅੱਜ ਦੇ ਪਹਿਲੇ ਪਾਠ ਦੇ ਉੱਤੇ ਥੋੜ੍ਹਾ ਲੈ ਕੇ ਜਾਣਾ ਚਾਹੁੰਦਾ ਹਾਂ। ਛੇਵਾਂ ਅਧਿਆਇ ਉਹਦੀ 13-12 ਆਇਤ ਦੇ ਵਿੱਚ ਲਿਖਿਆ ਹੈ, ਦਨਾਈ ਪ੍ਰਕਾਸ਼ਮਈ ਹੈ, ਧੁੰਦਲੀ ਨਹੀਂ ਹੈ। ਹੁਣ ਅਸਲ ਦਨਾਈ ਕੌਣ ਹੈ? ਅਸਲ ਵਿੱਚ ਦਨਾਈ ਕੌਣ ਹੈ? ਖੁਦਾ ਬਾਪ ਹੈ। ਖੁਦਾ ਬਾਪ ਹੈ ਜੋ ਦਨਾਈ ਦਾ ਭੰਡਾਰ ਹੈ। ਖੁਦਾ ਬਾਪ ਹੈ ਜੋ ਆਪਣੇ ਮੰਗਣ ਵਾਲਿਆਂ ਨੂੰ, ਜੋ ਆਪਣੇ ਲੱਭਣ ਵਾਲਿਆਂ ਨੂੰ ਉਹ ਦਨਾਈ ਦੇ ਭੰਡਾਰ ਦੇ ਵਿੱਚੋਂ ਉਹ ਦਨਾਈ ਦਿੰਦਾ ਹੈ। ਅਤੇ ਅੱਗੇ ਲਿਖਿਆ ਹੈ ਕਿ ਇਹ ਆਸਾਨੀ ਨਾਲ ਉਹਨਾਂ ਦੀ ਪਛਾਣ ਵਿੱਚ ਆ ਜਾਂਦੀ ਹੈ ਜੋ ਇਸ ਨੂੰ ਪਿਆਰ ਕਰਦੇ ਹਨ ਅਤੇ ਇਸ ਨੂੰ ਲੱਭਦੇ ਹਨ। ਹੁਣ ਅਸੀਂ ਦੇਖਣਾ ਹੈ ਕਿ ਅਸੀਂ ਖੁਦਾ ਨੂੰ ਲੱਭਦੇ ਹਾਂ, ਉਸ ਦਨਾਈ ਦੇ ਖਜ਼ਾਨੇ ਨੂੰ ਅਸੀਂ ਲੱਭਦੇ ਹਾਂ। ਅਸੀਂ ਹਰ ਰੋਜ਼ ਲੱਭਣਾ ਹੈ। ਅੱਗੇ ਪੁਸਤਕ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਅਸਲੀ ਇਨਸਾਨ ਹੈ ਉਹ ਹਰ ਰੋਜ਼ ਸਵੇਰੇ ਉੱਠ ਕੇ ਭਾਲ ਕਰਦਾ ਹੈ। ਕਿਸ ਦੀ ਭਾਲ ਕਰਦਾ ਹੈ? ਉਸ ਖੁਦਾ ਦੀ, ਉਸ ਖੁਦਾਈ ਖਜ਼ਾਨੇ ਦੀ ਭਾਲ ਕਰਦਾ ਹੈ, ਤੜਕੇ ਉੱਠਦਾ ਹੈ। ਹੁਣ ਅਸੀਂ ਵੀ ਅੱਜ ਇਹ ਫੈਸਲਾ ਕਰਨਾ ਹੈ ਕਿ ਤੜਕੇ ਉੱਠ ਕੇ ਅਸੀਂ ਪਹਿਲਾਂ ਖੁਦਾ ਦੀ ਭਾਲ ਕਰਨੀ ਹੈ, ਲੱਭਣਾ ਹੈ ਅਸੀਂ ਕਿ ਹੇ ਖੁਦਾ ਮੈਨੂੰ ਉਸ ਅਕਲ, ਉਹ ਦਨਾਈ ਦੇ ਨਾਲ ਭਰਪੂਰ ਕਰ ਤਾਂ ਕਿ ਮੈਂ ਸਹੀ ਫੈਸਲੇ ਕਰ ਸਕਾਂ। ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਮੁਸ਼ਕਲਾਂ ਪਰਿਵਾਰਾਂ ਦੇ ਵਿੱਚ, ਮੁਸ਼ਕਲਾਂ ਨੇ ਸਮਾਜ ਦੇ ਵਿੱਚ, ਮੁਸ਼ਕਲਾਂ ਨੇ ਹਰੇਕ ਇਨਸਾਨ ਦੇ ਨਿੱਜੀ ਜੀਵਨ ਦੇ ਵਿੱਚ, ਮੁਸ਼ਕਲਾਂ ਨੇ। ਹੁਣ ਅਸੀਂ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਨਾਲ, ਇਹਨਾਂ ਦਾ ਸਾਹਮਣਾ ਕਰਨ ਦੇ ਲਈ ਅਸੀਂ ਹਰ ਰੋਜ਼ ਅਸਲ ਜੋ ਦਨਾਈ ਦਾ ਮਾਲਕ ਹੈ, ਖੁਦਾ ਹੈ, ਉਸ ਦੇ ਅੱਗੇ ਅਸੀਂ ਹਰ ਰੋਜ਼ ਸਵੇਰੇ ਦੁਆ ਕਰਨੀ ਹੈ। ਅਤੇ ਕਹਿੰਦਾ ਹੈ ਕਿ ਅੱਗੇ ਵਚਨ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਜੋ ਇਸ ਨੂੰ ਲੱਭਣ ਦੇ ਲਈ ਤੜਕੇ ਉੱਠਦਾ ਹੈ ਉਸ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਹੈ, ਕਿਉਂਕਿ ਉਹ ਉਸ ਨੂੰ ਆਪਣੇ ਬੂਹਿਆਂ ਦੇ ਅੱਗੇ ਬੈਠਿਆਂ ਪਾਉਂਦਾ ਹੈ। ਦੇਖੋ ਕਿੰਨੀਆਂ ਡੂੰਘੀਆਂ ਗੱਲਾਂ ਨੇ ਇਹ ਦਨਾਈ ਦੀ ਪੁਸਤਕ ਦੇ ਵਿੱਚ ਲਿਖੀਆਂ। ਤੁਸੀਂ ਸ਼ਾਇਦ ਜਦੋਂ ਵਚਨ ਪਾਠ ਪੜ੍ਹਿਆ ਗਿਆ ਸੀ ਧਿਆਨ ਨਹੀਂ ਦਿੱਤਾ ਹੋਵੇਗਾ, ਲੇਕਿਨ ਬਹੁਤ ਡੂੰਘੀਆਂ ਗੱਲਾਂ ਨੇ ਕਿ ਜਦੋਂ ਅਸੀਂ ਲੱਭਾਂਗੇ ਸਾਡੇ ਦਰਵਾਜ਼ਿਆਂ ਦੇ ਸਾਹਮਣੇ ਅਸੀਂ ਖੁਦਾ ਨੂੰ ਪਾਵਾਂਗੇ। ਇਹ ਹੈ ਅੱਜ ਦੇ ਪਹਿਲੇ ਪਾਠ ਦਾ ਸੰਦੇਸ਼। ਹੁਣ ਅਸੀਂ ਥੋੜ੍ਹੀ ਦੇਰ ਦੇ ਲਈ ਆਪਣੇ ਆਪ ਨੂੰ ਪੁੱਛੀਏ
कि मैं सवेरे उठ के सब तो पहला किस चीज़ की भाल करना कि चीज़ की भाल करते हैं असी जो असी सवेरे उठते हाँ कि चीज़ लभदे हाँ असी कई मुस्कुरा रहे ने हुण कई मुस्कुरा रहे ने क्योंकि की कित्थे जांदा है हथ हाँ मोबाइल वल कि चीज़ नूं असी लभदे हाँ दुनियावी चीज़ां दे पिछे असी भजदे हाँ लेकिन अज का जो पहला पाठ है सानू इहो याद दिलाउंदा है कि असी हर रोज़ इहो दुआ करनी है कि हे प्रभु सानू अपने उस ज्ञान दे खजाने दे विचों दनाई दे खजाने दे विचों थोड़ियां जिहियां बूंदां साडे उत्ते भी छिड़क दिओ। सुलेमान दे बारे तुसीं सुनिया है सारिआं ने? हाँ जी सुलेमान दे बारे सुनिया है। ये सुलेमान साडे वर्गा ही एक बंदा सी, साडे वर्गा इंसान सी, आम इंसान सी साडे वर्गा, लेकिन खासियत की होई क्यों अज दुनिया दे विच सब तो बुद्धिमान बुद्धिमान सब तो इस दुनिया दे विच सब तो बुद्धिमान कौन है अज तक? सुलेमान है। उस तो वद बुद्धिमान कोई नहीं होया अज तक। इन्नी खुदा ने उसनू अपनी वो बरकत दिती, वो दनाई दे खजाने नू उहदे उत्ते डोल दिता कि अज तक उहो जिहा कोई बुद्धिमान व्यक्ति पैदा नहीं होया। असी वचन दे विचों कुछ आयतां सुनांगे जिथे असी पढ़ांगे कि दुआ देखो सुलेमान की प्रार्थना देखो सवेरे उठ के खुदा नू लभना अते उसनू प्राप्त कर लेना। असी सुनांगे राजियां की पहली पुस्तक उसका तीसरा अध्याय सत्तवीं आयत दे विच लिखिया है प्रभु तू सचमुच मैनू मेरे पिता की थां राजा बनाया है, बेशक मैं तेरे सामने एक छोटा जिहा मुंडा ही हाँ अते मैं अजे किसे चीज़ का पूरा ज्ञान नहीं रखता हाँ। देखो ये प्रार्थना है, किस दी प्रार्थना है? सुलेमान दी। सुलेमान ने खुदा दे अगे प्रार्थना की थी कि मैं तो बच्चा अजे कोई इलम नहीं है, कोई ज्ञान नहीं है मैनू, मैं राजा बन गया हाँ छोटी उम्र ही, लेकिन हे खुदा अगे कहिंदा है मैं अजे तेरे चुने हुए लोगों के विचकार हाँ जिन्हों की गिनती तक करना कठिन है, इसलिए है प्रभु तू अपने इस दास नूं इहो जी बुद्ध दे जिस नाल मैं बुरे अते भले की पछाण कर सकां। हर रोज असी ये प्रार्थना करनी है कि हे प्रभु मैनू भी ज्ञान बख्शो ताकि मैं अपने परिवार नूं सही तरीके दे नाल चला सकां, मैं अपने बच्चों नूं सही इलम सही ज्ञान दे सकां। ये साड़ी हर एक की दुआ होनी चाहिए है। बच्चों की दुआ की होनी चाहिए है? बच्चों की दुआ यह होनी चाहिए है कि हे प्रभु मैनू ज्ञान दिओ ताकि मैं भी सही रस्ते ते चलन वाला सही इंसान बन जावां। यह प्रार्थना होनी चाहिए है। तो प्यारियो जेकर असी यह ज्ञान हासिल करना है तो सब तो पहला असी नीवे होना है, नीवे बनना है। संत यकूब दा पत्र उसका चौथा अध्याय दसवीं ऐत घरे जाके पढ़े हो जरूर इनू दस चौथा अध्याय दसवीं ऐत संत यकूब दा पत्र उहदे विच लिखिया है कि अपने आप नू प्रभु दे सामने दीन करो। लिखिया है प्रभु दे सामने अपने आप नू नीवा करो अते ओ तुहानू उच्चा करेगा। हालेलुया हालेलुया हालेलुया। हुण जदों असी अपने आप नू नीवा करांगे तो यह प्रभु है जो उच्चा करता है, जो पदवियां दिंदा है। सुलेमान ने अपने आप नू नीवा कीता अते प्रभु ने देखो उसनू किहो जिहा माण बख्शिया कि अज तक उहो जिहा कोई बुद्धिमान व्यक्ति पैदा ही नहीं होया। अपने आप नू हलीम करना है। जदों असी कुरंथियस दी विश्वास संगत नू पहला खत उसका पहला अध्याय अते उहदी 26 आयत नू पढ़िए उहदे विच लिखिया है कि प्रभु ने मूर्खां नू चुन लिया। किन्हां नू चुन लिया? मूर्खां नू चुन लिया। अज गल दनाई दी हो रही है, प्रभु ने मूर्खां नू चुन लिया ताकि वह बुद्धिमाना नू
शर्मिंदा करन। देखो किन्नी वड्डी ये जड़ी गल है कि जड़ी बुद्धि है वह किहदे कोल है, किहदे कोल है, प्रभु दे कोल है। बदाम खाण दे नाल अकल नहीं आउंदी हैगी, तुसीं भावें 5-6 किलो बदाम खा लो उहदे नाल अकल थोड़ा आ जाणी है, सियाणे थोड़ा बन जाणा तुसीं। ये बुद्धि जड़ी है किहदे वल्लों आउणी है, ये प्रभु वल्लों है। प्रभु मूर्खां नूं वी चुण लैंदा है, प्रभु निमाणियां नूं चुण लैंदा है, उहनां नूं अकलमंद बना दिंदा है। हुण प्रभु यीशु मसीह दे जो चेले सन वह कोई पढ़े लिखे नहीं सन, उन्होंने कोई PhD या कोई कोई डिग्री नहीं हासिल की सी, आम मच्छियां फड़न वाले सी, लेकिन प्रभु ने देखो उन्होंने अकलमंद बना दिता। इहो ही साडी दुआ होनी चाहिए है कि हे प्रभु मैनू हर रोज अपनी उस दनाई दे नाल भर दियो। असी इत्थे क्यों इकट्ठे होए हैं अज असी मां मरियम का जो त्यौहार है पिछले असी 2 हफ्तों तो मना रहे सी, अज उसकी समाप्ति के लिए इकट्ठे हुए हाँ। हुण साडी प्यारी मां मरियम ने भी अपने आप नूं नीवा किया, प्रभु ने उस दे इस निमाणेपन दे करके उसनूं खुदा दी मां होण दा रुतबा दिता। देखो किन्ना आला है वह खुदा दा प्यार जो अपने दास अते दासियां नूं उपर उठा दिंदा है। संत बरनार्ड कैथलिक कलीसिया दे विच इक महान संत होए ने, बरनार्ड, संत बरनार्ड, वह मां मरियम दे बहुत वड्डे भगत सन। अते वह अपनी एक लिखत दे विच कहिंदा है कि सानू जो खुदा दा फजल है बूंदा दे रूप विच, जदों असी पाक पानी छिड़कते हैं ना, फादर जी एतवार दे दिन कई बार बरकत देंदे हन ते साडे उत्ते इक अद्धी बूंद ही पैंदी है ना पाक पानी दी, कहिंदे कि सानू जो खुदा दा फजल है वह बूंदा दे रूप विच मिलिया, लेकिन मां मरियम दे उत्ते खुदा ने अपने फजल की बारिश ही कर दित्ती। देखो कितनी वड्डी गल है कि उसनू उस उत्ते बारिश कर दित्ती। ते उस प्यारी मां मरियम दे चरणा दे विच इत्थे असी आए हाँ सिफारिश मंगण दे लई। ते ओ मां मरियम भी देखो उस अकल उस दनाई दे नाल भरपूर हो के ओ खुदा बेटे यीशु दी मां बन गई, उसका पालन पोषण किया। हाँ प्यारियो अज असी भी सुलेमान दे वांग इहो ही प्रार्थना करिए कि हे प्रभु सानू भी उस दनाई दे नाल भरपूर करो। ते प्यारियो जदों असी इतिहास की पुस्तक दे विच पढ़ते हाँ, इतिहास की दूजी पुस्तक उसका 7वां अध्याय उसकी 14वीं आयत नूं सारिया ने ध्यान दे नाल सुनना हुण लिखिया है, जेकर मेरे लोग पछतावा करन बुराई छड के मेरे अगे प्रार्थना करन तो मैं स्वर्ग विच उन्हां दी प्रार्थना सुनांगा, उन्हां दे पाप माफ करके उन्हां दी धरती नूं आशीषित करांगा। मेरियां अखियां हमेशा उस मंदर वल लगियां रहणगियां अते उत्थे होण वाली हर प्रार्थना नूं मैं सुनांगा। तुसी चाहते हो कि जदों भी तुसी प्रभु दे इस मंदर विच आओ, उहदी हजूरी विच आओ ते तुहाडियां दुआवां सुनिया जाण। किन्ने जाने चाहते ने कि दुआवां सुनिया जाण, सारे अज तुसी इत्थे आए जे आस मुराद लैके आए जी, कुछ ना कुछ तुसी अज प्रार्थना करके घरों निकले जे कि हे प्रभु अज मेरा ये दुख है, अज मेरी ये तकलीफ है, मेरे परिवार दे विच परेशानी है, मेरा आ काम अधूरा है, वह काम मेरा पूरा होने वाला है। असी सारे आस लैके प्रभु की हजूरी विच आवांगे। लिखिया है कि बस सिर्फ करना की है, हलीम बन जाओ, पछतावा करो, बुरे कामों वालों मूँह मोड़ के प्रभु की खोज करो ते हरेक बरकत प्रभु सानू देवेगा। हुण असी थोड़ा जिहा ध्यान अज दे दूजे पाठ दे वल भी लगाइए। दूजा पाठ सुनिया तुसी सारिआं ने अज, दूजा पाठ कहदे बारे दस्या गया अज दे दूजे पाठ दे विच? संत पौलुस अज दे थसलोनिका नूं जो खत है
पहला खत है उदे विच एक गल सानू समझाउंदा है, वो की गल है? संत पौलुस कहिंदा है कि तुसी गैर कौमां दे वांग अपने मोए हुए रिश्तेदारां दे लई सोग ना करो, क्योंकि उन्हां नू कोई उम्मीद नहीं है। लेकिन सानू उम्मीद है कि जिहड़े साडे भैण भरा साडे तो अगेतरे मर गए हन, वह यीशु मसीह दे विच जी उठणगे। विश्वास करदे हो? सारे विश्वास करदे ने? जेकर तुसी विश्वास करदे जे तो प्यारिओ असी प्रार्थना करनी है मोया होया दे लई। दो तरीक नूं असी की मनाया सीगा? 2 नवंबर नूं, ये मुरदियां दी ईद नहीं हुंदी है, मुरदियां दा दिहाड़ा, ऑल सोल्स डे, इट इज़ नॉट फीस्ट। ऑल सेंट्स जिहड़ी 1 तरीक नूं असी सारे संतां दी ईद मनाउंदे हाँ, अते 2 तरीक नूं असी सारे मोया होया दा दिहाड़ा मनाउंदे हाँ। क्यों मनाउंदे हाँ? क्योंकि पाकमा कलीसिया सानू ये गल सिखाउंदी है कि असी जो प्रभु यीशु मसीह दे विच हो के मर जाते हाँ, असी अंतिम दिन मसीह दे नाल जी उठांगे, असी जी उठांगे। साडे जो भैन भरा साडे तो अगेते मर गए हैं वो सारे जी उठनगे, क्योंकि ये साडा विश्वास है, क्योंकि साडा प्रभु मौत उत्ते जित पा के जी उठा है, उसने मौत नू जित लिया है। हुण असी जो साडे भैन भरा साडे तो अगेते मर गए ने, सानू नहीं पता कित्थे ने, पता तुहानू? तुहानू पता है? कुछ नहीं पता है। स्वर्ग विच ने, नरक विच ने, राफ विच ने, सानू कोई पता नहीं है। इसी करके असी जो हुण थोड़ा जिहा तुहानू मैं कलिसिया दे बारे भी थोड़ा जिहा जानकारी देना चाहुंदा हाँ। तुहानू पता कलिसिया किन्नियां ने? किन्नियां कलिसिया ने? किन्नियां कलिसियां ने? किन्नियां ने? हाँ जी भैन जी, ये कहिंदे बहुत कलिसियां ने। कलिसिया इको ही है जिस दी स्थापना प्रभु यीशु मसीह ने कीती है, इको ही कलिसिया है। लेकिन वो कलिसिया दे जेड़े हिस्से हन वो किथे हन? एक स्वर्ग विच है जिसनू असी जलाली कलिसिया कहने हाँ, जेड़े प्रभु दी संगत विच हो के जेड़े संत अते संतनिया साडे जो बजुर्गां ने एक संतां वाला जीवन गुजार के जो स्वर्ग दे विच चले गए ने, प्रभु दी हजूरी विच उहदी आराधना करदे ने, ओ हन जलाली कलिसिया। जलाली कलिसिया दे मैंबर हन। दूजी कलिसिया है जिहड़ी इराफ दे विच दुख सह रही है। इराफ दे विच जिहड़े साडे भैण भरा जो गुनाह दी हालत विच मर जांदे ने, वह जो दुख सह रहे हन, उहनां नूं असीं की कहिंदे हां? दुख सहन वाली कलिसिया, सफरिंग चर्च। तीसरा जो चर्च का जो कलिसिया का हिस्सा है वह है असी सारे जंगावर कलिसिया जो इस दुनिया दे विच रह के शैतान नाल लड़दे हन। हुण प्यारियो जो इस दुनिया दे विच कलिसिया है जो शैतान का सामना कर रही है, हुण साडे कोलों बल है, खुदा ने सानू वह फजल दिता है कि असी अपनियां प्रार्थनावां दे द्वारा जो रूहां दुख सह रहियां ने, जिहड़े जड़िया रूह इराफ विच ने परगेटरी विच ने, वो दुआ नहीं कर सकते। इराफ दे विच जड़ी रूह चली जाती वो दुआ नहीं कर सकती है। दुआ कौन कर सकता? सिर्फ असी कर सकते हाँ। तो जड़ी जलाली कलिसिया है, हुण जदों असी इस दुनिया दे विच रह के मोया होया दे लई पाक मास की कुरबानी चढ़ाते हाँ, उन्हां दे लई रोजरी माला का जाप करते हाँ, तो प्यारियो साडियां दुआवां दे द्वारा इराफ दे विच जिहड़ियां रूहां दुख सह रहियां हन उन्हां दी सजा कट जांदी है, खुदा उन्हां दे उत्ते दया करदा है, उन्हां नूं उन्हां दे गुनाह माफ करके उन्हां नूं स्वर्ग दे विच उन्हां दा स्वागत करदा है। ते जदों ओह रूहां साडियां दुआवां दे द्वारा स्वर्ग दे विच प्रवेश कर जांदियां ने, ते फिर ओह स्वर्ग दे विचों प्रभु दी हजूरी दे सामने साडे लई दुआ करदे हन कि असी शैतान दा इस दुनिया दे विच सामना कर सकीए। यह है प्यारियो कलिसिया की सिक्ख्या जो पाकमा कलिसिया सानू सिखाउंदी है।
इस करके अज संत पौलुस सानू याद दिलाउंदा है कि असी कदे भी रोना कुरलाउणा नहीं है, सगों इस विश्वास दे नाल मोया होयां दे लई दुआ करनी है कि एक दिन असी भी अते जो साडे तो पहला भी पूरे हो गए ने वह प्रभु दे नाल असी सारे जी उठांगे। हालेलुया हालेलुया हालेलुया। तो प्यारियो अज दी अंजील दे उत्ते भी थोड़ा जिहा असी ध्यान करांगे। अंजील दे विच अज असी जो रूप कथा सुनी है दस कुआरियां दी, जदों तुसी संत लूका दी अंजील उसका बारवां अध्याय उसकी 35 आयत नूं पढ़ो तो उहदे विच लिखिया है कि तुहाडी कमर कसी होवे अते तुहाडे दीवे बलदे रहन। तुहाडी कमर कसी होवे अते तुहाडे दीवे बलदे रहन। हुण अज दी अंजील दे विच असी देखदे हाँ कि पंज मूर्ख और कुआरियां अते पंज सियाणियां। हुण जिहड़ियां सियाणियां सी उहनां ने अपने नाल तेल रखिया सी, उहनां दी कमर कसी होई सी, चुकन्नियां सन, तो जदों लाड़ा आया तो वह लाड़े दे नाल अंदर चलिया गईयां। हुण जिहड़ियां मूर्ख सी वह की सुतियां रहियां, ना नाल कोई कुप्पी दे विच तेल लिया, तो जदों लाड़ा आया तो दुआ जिहड़े दीवे सी बुझण लग पए। हुण कहण तो भाव इत्थे की है कि असी प्यार बार तैयार रहना है। हुण तुहाडी तैयारी है, तैयार जे तुसी, हाँ जी सोहने कपड़े पा के आए, अज ते असी चर्च विच आए हाँ, तैयारी है साड़ी, तैयारी इस नूं मिलन दे लई। किन्ने जाने तैयार ने? हाँ बाकी थोड़े थोड़ी नींद आउण लग गई है, सुते ना रह जिओ किते। हाँ उन्हां मूर्ख कुआरियां वांगू असी सुते नहीं रह जाना, चौकस रहना है, चुकन्ने रहना है, अते अपने नाल जो तेल है हुण किहड़ा तेल लैके रखना है, असी सेवा रूपी तेल, प्रार्थना रूपी तेल, प्रभु दी खोज करन दे लई असी ये तेल अपने कोल रखना है। चंगे काम करने हन ते फिर ही असी प्रभु नूं मिलन दे लायक बन सकांगे। जेकर असी गुनाह दी हालत विच मर गए तो फिर असी प्रभु दे दर्शन नहीं कर सकांगे। इस करके प्यारे भराओ ते भैणों अज दे ये जो तिन्ने पाठ हैं साडे सारिआं दे जीवन दे लई बहुत ढुकवें हैं, इस करके अज असी इन्हां तिन्नां पाठां दे उत्ते चंगी तरह मनन करिए। घरे जाके भी इन्हां दे उत्ते मनन करना है, दुबारा पढ़िओ। जदों तुसी घरे जाके दुबारा पढ़ोगे तो फिर तुहानूं सारिआं चीज़ां जिहड़ियां समझ है, ज्ञान है, प्रभु अपने आप ही देवेगा। तो अज असी जद माँ मरियम दा जो त्यौहार जो पिछले दो हफ्तियां तो असी मनाउंदे आ रहे सी, डायसिस दीआं वख वख डीनरियां तो पैरिशां तो आ के इत्थे लोकी माँ मरियम दी सिफारिश मंग रहे सी, असी भी अज उस प्यारी माँ मरियम दी सिफारिश मंगीए कि जिस तरह वह दीन बन गई, जिस तरह वह हलीम बन गई, सेवा करदी होई वह प्रभु खुदा दी माँ बन गई, असी भी उन्हां खूबियां नूं अपने विच धारण करिए। असी भी घरां दे विच सेवक बनीए, घरां दे विच हर रोज़ असी प्रार्थना करिए, जिस तरह मैं तुहानूं दस्सिया कि अज दे पहले पाठ दे विच जो दनाई दी पुस्तक दे विच लिखियां ने गल्लां उन्हां दे उत्ते असी अमल करिए, तां कि प्रभु दा जो राज है वह साडे परिवारां विच आवे, प्रभु दी जो दुरनाई है साडे उत्ते भी भरपूर मात्रा दे विच प्रभु डोल देवे। खुदा सानू सारिआं नूं बहुत सारी बरकत देवे ते नाल ही नाल माँ मरियम साढ़े सारिआं दे लई सिफारिश करे। रसुलादा खलमा मैं खुदा ते ईमान रखदी हाँ जिहड़ा बाप पूरी कुदरत वाला आसमान ते जमीन दा पैदा करन वाला है। मैं यीशु मसीह ते ईमान रखदी हाँ जिहड़ा उसदा इकलौता बेटा ते साडा खुदावंद है। और पाक दी कुदरत नाल कुआरी मरियम दे गर्भ विच पिया, उस तो जमया, उसने पैंतुस पिलातुस दे ऐद विच दुख उठाया, सलीब ते चाड़िया गया, मर गया ते दबिया गया, बरजक विच जा उतरिया, तीसरे दिहाड़े मुरदिया विचों जी उठिया, आसमान ते चढ़ गया, खुदा बाप पूरी कुदरत वाले दे सज्जे हाथ जा बैठा,
ਜਿੱਥੋਂ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਇਮਾਨ ਰੱਖਦੀ ਹਾਂ ਰੂਹ ਪਾਕ ਉੱਤੇ, ਇੱਕ ਪਾਕ ਕੈਥਲਿਕ ਕਲੀਸੀਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫ਼ੀ, ਜਿਸਮ ਦਾ ਜੀ ਉੱਠਣਾ ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੇਨ। ਪਿਆਰੇ ਭਰਾਓ ਅਤੇ ਭੈਣੋ, ਅਸੀਂ ਕੁਰਾ ਪਾਪ ਦੇ ਖੋਲ ਉਸਦੇ ਬੇਟੇ ਯਿਸੂ ਮਸੀਹ ਦੇ ਵਸੀਲੇ ਤਮਾਮ ਸੰਗਤ ਦੀਆਂ ਅਰਸਾ ਅਤੇ ਮਿੰਨਤਾਂ ਪੇਸ਼ ਕਰੀਏ, ਤਾਂ ਜੋ ਉਹ ਰੂਹ ਪਾਕ ਦੇ ਫਸਲ ਨਾਲ ਆਪਣੀ ਕਲੀਸੀਆ ਨੂੰ ਮਹਿਫੂਸ ਰੱਖੇ, ਦੁਨੀਆਂ ਨੂੰ ਸਲਾਮਤੀ ਬਖਸ਼ੇ ਅਤੇ ਹਰ ਥਾਂ ਸ਼ਾਂਤੀ ਕਾਇਮ ਰੱਖੇ। ਸਾਡੇ ਅਨੁਵਚਨ। ਏ ਪ੍ਰਭੂ ਸਾਡੀ ਦੁਆ ਸੁਣ। ਏ ਪ੍ਰਭੂ ਸਾਡੀ ਦੁਆ ਸੁਣ। ਏ ਪੂਰੀ ਕੁਦਰਤ ਵਾਲੇ ਖੁਦਾ, ਅਸੀਂ ਪ੍ਰਾਰਥਨਾ ਕਰਦੇ ਹਾਂ ਵਿਸ਼ਵ ਵਿਆਪੀ ਪਾਕ ਮਾਂ ਕੈਥਲਿਕ ਕਲੀਸੀਆ ਦੇ ਲਈ ਅਤੇ ਪਾਕ ਮਾਂ ਕੈਥਲਿਕ ਕਲੀਸੀਆ ਦੀ ਅਗਵਾਈ ਕਰਨ ਵਾਲੇ ਸਾਡੇ ਰੂਹਾਨੀ ਸੰਤ ਪਿਤਾ ਫਰਾਂਸਿਸ ਜੀ ਦੇ ਲਈ। ਏ ਪ੍ਰਭੂ, ਤੁਸੀਂ ਉਹਨਾਂ ਨੂੰ ਚੰਗੀ ਸਿਹਤ ਦਾ ਵਰਦਾਨ ਦੇਵੋ ਔਰ ਆਪਣੀ ਪਵਿੱਤਰ ਆਤਮਾ ਦੇ ਖਾਸ ਵਰਦਾਨਾਂ ਦੇ ਨਾਲ ਭਰ ਦੇਵੋ, ਤਾਂ ਜੋ ਪ੍ਰਭੂ ਜੀ ਉਹ ਸ਼ੁਭ ਸਮਾਚਾਰ ਦੀਆਂ ਕਦਰਾਂ ਕੀਮਤਾਂ ਦੇ ਅਨੁਸਾਰ ਜੀਵਨ ਬਿਤਾਉਂਦੇ ਹੋਏ ਪਾਕ ਮਾਂ ਕਲੀਸੀਆ ਦੀ ਯੋਗ ਅਗਵਾਈ ਕਰ ਸਕਣ। ਅਨੁਵਚਨ। ਏ ਪ੍ਰਭੂ ਸਾਡੀ ਦੁਆ ਸੁਣ। ਏ ਪ੍ਰਭੂ, ਆਪਣੀ ਕਿਰਪਾ ਦ੍ਰਿਸ਼ਟੀ ਸਾਡੀ ਡਾਇਸਿਸ ਉੱਤੇ ਬਰਸਾਓ, ਖਾਸ ਕਰਕੇ ਸਾਡੇ ਡਾਇਸਿਸ ਦੇ ਪਾਸਬਾਨਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਡੇ ਬਿਸ਼ਪ ਸਾਹਿਬਾਨਾ ਜੀ ਦੇ ਲਈ, ਖਾਸ ਕਰਕੇ ਬਿਸ਼ਪ ਫਰੈਂਕੋ ਜੀ ਦੇ ਲਈ, ਬਿਸ਼ਪ ਐਗਨੀਲੋ ਜੀ ਦੇ ਲਈ ਅਤੇ ਸਾਰੇ ਪੁਰੋਹਿਤਾਂ ਦੇ ਲਈ, ਸਿਸਟਰਾਂ ਦੇ ਲਈ, ਮੁਨਾਦਾਂ ਦੇ ਲਈ। ਇਹ ਪਿਆਰੇ ਪ੍ਰਭੂ ਜੀ, ਤੁਸੀਂ ਉਹਨਾਂ ਸਾਰਿਆਂ ਨੂੰ ਆਪਣੇ ਵਚਨਾਂ ਦੇ ਨਾਲ ਭਰ ਦੇਵੋ, ਤਾਂ ਜੋ ਉਹ ਪਾਕ ਵਚਨ ਦੇ ਮੁਤਾਬਿਕ ਜੀਵਨ ਗੁਜ਼ਾਰਦੇ ਹੋਏ ਆਪਣੀ ਡਾਇਸਿਸ ਦੀ ਯੋਗ ਅਗਵਾਈ ਕਰਦੇ ਰਹਿਣ ਅਤੇ ਡਾਇਸਿਸ ਦੇ ਸਾਰੇ ਵਿਸ਼ਵਾਸ ਸੰਗਤ ਨੂੰ ਸੱਚੀ ਉਦਾਹਰਣ ਪੇਸ਼ ਕਰਦੇ ਰਹਿਣ। ਅਨੁਵਚਨ। ਏ ਪ੍ਰਭੂ ਸਾਡੀ ਦੁਆ ਸੁਣ। ਏ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਖਾਸ ਕਰਕੇ ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਮ ਦੇ ਇਸ ਪਵਿੱਤਰ ਤਿਉਹਾਰ ਨੂੰ ਯੋਗ ਢੰਗ ਦੇ ਨਾਲ ਮਨਾਉਣ ਦੇ ਲਈ ਅਤੇ ਖਾਸ ਕਰਕੇ ਸਾਡੇ ਵਿੱਚ ਅੱਜ ਪਹੁੰਚੇ ਸਾਡੇ ਸਾਰਿਆਂ ਦੇ ਲਈ ਪਾਕ ਮਾਸ ਦੀ ਕੁਰਬਾਨੀ ਚੜ੍ਹਾਉਣ ਲਈ, ਸਾਡੇ ਪਿਆਰੇ ਬਿਸ਼ਪ ਐਗਨੀਲੋ ਜੀ ਦੇ ਲਈ ਅਤੇ ਉਹਨਾਂ ਦੇ ਨਾਲ ਆਏ ਸਾਰੇ ਪੁਰੋਹਿਤਾਂ ਦੇ ਲਈ। ਇਹ ਪਿਤਾ ਪਰਮੇਸ਼ਵਰ, ਤੁਸੀਂ ਇਹਨਾਂ ਨੂੰ ਆਪਣੀ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਹੋਰ ਵੀ ਜ਼ਿਆਦਾ ਭਰਪੂਰ ਕਰੋ, ਤਾਂ ਜੋ ਪਿਆਰੇ ਪ੍ਰਭੂ ਜੀ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲ ਕੇ ਖਾਸ ਕਰਕੇ ਉਹਨਾਂ ਸਾਰੇ ਲੋਕਾਂ ਨੂੰ ਜੋ ਅਜੇ ਵੀ ਕਲੀਸੀਆ ਤੋਂ ਦੂਰ ਹਨ ਜਾਂ ਅਸਲ ਰਾਹ ਤੋਂ ਭਟਕੇ ਹੋਏ ਹਨ, ਉਹਨਾਂ ਨੂੰ ਸੱਚਾਈ ਦੇ ਰਾਹ ਵੱਲ ਲੈ ਕੇ ਆ ਸਕਣ ਅਤੇ ਉਹਨਾਂ ਨੂੰ ਸਹੀ ਰਾਹ ਦਿਖਾ ਸਕਣ। ਅਨੁਵਚਨ। ਹੇ ਪ੍ਰਭੂ ਸਾਡੀ ਦੁਆ ਸੁਣ। ਹੇ ਪ੍ਰਭੂ, ਅਸੀਂ ਖਾਸ ਕਰਕੇ ਸਾਰੇ ਬਿਮਾਰ ਭੈਣ ਭਰਾਵਾਂ ਦੇ ਲਈ ਦੁਆ ਕਰਦੇ ਹਾਂ ਜੋ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਪੀੜਿਤ ਹਨ, ਹਸਪਤਾਲਾਂ ਵਿੱਚ ਬਿਮਾਰ ਪਏ ਨੇ, ਘਰਾਂ ਵਿੱਚ ਬਿਮਾਰ ਪਏ ਨੇ, ਉਹਨਾਂ ਸਾਰਿਆਂ ਨੂੰ ਚੰਗੀ ਸਿਹਤ ਬਖਸ਼ੋ, ਆਪਣੇ ਪਾਕ ਲਹੂ ਦੇ ਨਾਲ ਧੋ ਕੇ ਮਸਾ ਕਰੋ, ਤਾਂ ਜੋ ਪ੍ਰਭੂ ਜੀ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋ ਕੇ ਤੰਦਰੁਸਤ ਹੋ ਜਾਣ ਅਤੇ ਖਾਸ ਕਰਕੇ ਜੋ ਕਰੋਨਾ ਵਾਇਰਸ ਦੇ ਨਾਲ ਪੀੜਿਤ ਹਨ ਉਹਨਾਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਦੇਵੋ ਕਿ ਉਹ ਵੀ ਚੰਗੇ ਹੋ ਕੇ ਤੁਹਾਡੇ ਨਾਮ ਦੀ ਵਡਿਆਈ ਕਰ ਸਕਣ ਅਤੇ ਪ੍ਰਭੂ ਖਾਸ ਕਰਕੇ ਤੁਹਾਡੀ ਪਾਕ ਅਵਤਾਰ ਦੇ ਹਾਜ਼ਰ ਸਾਹਮਣੇ ਇਸ ਸਾਰੀ ਸੰਗਤ ਲਈ ਪ੍ਰਾਰਥਨਾ ਕਰਦੇ ਹਾਂ ਜੋ ਅੱਜ ਦੀ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਭਾਗ ਲੈ ਰਹੇ ਨੇ। ਇਹਨਾਂ ਸਾਰੇ ਭੈਣਾਂ ਭਰਾਵਾਂ ਅਤੇ ਇਹਨਾਂ ਦੇ ਪਰਿਵਾਰਾਂ ਉੱਤੇ ਤੁਹਾਡੀ ਦਇਆ ਔਰ ਕਿਰਪਾ ਦ੍ਰਿਸ਼ਟੀ ਸਦਾ ਬਣੀ ਰਹੇ। ਅਨੁਵਚਨ। ਹੇ ਪ੍ਰਭੂ ਸਾਡੀ ਦੁਆ ਸੁਣ। ਹੇ ਪ੍ਰਭੂ, ਅਸੀਂ ਆਪਣੇ ਸਾਰੇ ਮੋਏ ਹੋਏ ਭੈਣਾਂ ਭਰਾਵਾਂ ਦੇ ਲਈ ਦੁਆ ਕਰਦੇ ਹਾਂ ਜੋ ਇਸ ਦੁਨੀਆਂ ਦੇ ਵਿੱਚੋਂ ਚਲਾਨਾ ਕਰ ਗਏ ਨੇ ਔਰ ਤੁਹਾਡੇ ਚਰਨਾਂ ਦੇ ਵਿੱਚ ਜਾ ਵਿਰਾਜਮਾਨ ਹੋਏ ਨੇ। ਇਹ ਪਿਤਾ, ਉਹਨਾਂ ਰੂਹਾਂ ਨੂੰ ਸ਼ਾਂਤੀ ਪ੍ਰਦਾਨ ਕਰੋ, ਉਹਨਾਂ ਦੇ ਗੁਨਾਹਾਂ ਨੂੰ ਮਾਫ਼ ਕਰੋ ਅਤੇ ਉਹਨਾਂ ਨੂੰ ਆਪਣੇ ਪਾਕ ਫਰਿਸ਼ਤਿਆਂ ਔਰ ਸੰਤਾਂ ਦਾ ਭਾਈਚਾਰਾ ਬਖਸ਼ੋ ਔਰ ਸਾਡੇ ਸਾਰਿਆਂ 'ਤੇ ਵੀ ਦਇਆ ਕਰੋ ਕਿ ਅਸੀਂ ਵੀ ਸਾਰੇ ਇੱਕ ਦਿਨ ਉਹਨਾਂ ਦੇ ਨਾਲ ਮਿਲ ਕੇ ਤੁਹਾਡੇ ਨਾਮ ਦੀ ਵਡਿਆਈ ਔਰ ਹਮਦੋਸਨਾ ਕਰ ਸਕੀਏ ਔਰ ਉਸ ਰਾਜ ਦੇ ਲਾਇਕ ਬਣ ਸਕੀਏ ਜਿਹੜਾ ਤੁਸੀਂ ਆਪਣੇ ਚੁਣੇ ਹੋਏ ਲੋਕਾਂ ਦੀ ਜਗਤ ਸ਼ੁਰੂ ਤੋਂ ਤਿਆਰ ਕੀਤਾ ਹੈ। ਅਨੁਵਚਨ। ਹੇ ਪ੍ਰਭੂ ਸਾਡੀ ਦੁਆ ਸੁਣ। ਅਸੀਂ ਪ੍ਰਾਰਥਨਾ ਕਰੀਏ। ਇਹ ਤਰਸਮੰਦ ਅਤੇ ਦਇਆਲੂ ਬਾਪ, ਸਾਡੀਆਂ ਲੋਦਾ ਅਤੇ ਮਿੰਨਤਾਂ ਜਿਹਦੀਆਂ ਹੁਣ ਅਸੀਂ ਤੇਰੇ ਅੱਗੇ ਰੱਖੀਆਂ ਹਨ, ਸਾਡੇ ਇਸ ਚੜਾਵੇ ਦੇ ਨਾਲ ਪ੍ਰਵਾਨ ਕਰ। ਇਹ ਅਸੀਂ ਮੰਗਦੇ ਹਾਂ ਹੇ ਮੰਗਦੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ। ਆਮੇਨ। ਹੁਣ ਚੜਾਵੇ ਦਾ ਖਾਸ ਸਮਾਂ ਹੈ,
सो जो भी भैन भरा अपनी नेक कमाई दे विच खुदा दी पवित्र हजूरी दे विच चढ़ावा चढ़ाना चाहते हैं वो लाइना दे विच आके अपना चढ़ावा खुदा दी हजूरी दे विच चढ़ा सकते हैं। रब दा कम करन तो कदी पीछे हट जाए ना, रब दा कम करन तो कदी पीछे हट जाए ना, जे दान न दईए जे दान न दईए खुप ते रब दे मन नु पाईए, जे दान न दईए खुप ते रब दे मन नु पाईए, रब दा कम करन तो कदी पीछे हट जाए ना, रब दा कम करन तो कदी पीछे हट जाए ना, जे दान न दईए जे दान न दईए खुप ते रब दे मन नु पाईए। पता लगे ना एक हाथ देंगे ना तुझे हाथ पता लगे ना, तू चले मार बचन को सजना है गलवा पे ना, तू चले मार बचन को सजना है गलवा पे ना, रब दा दित्ता रब नू देखे रोला पाइए ना, रब दा दित्ता रब नू देखे रोला पाइए ना, जे दान Thank you.
ਨੂੰ ਦਿੱਤਾ ਸੀ ਤੇ ਉਹਨਾਂ ਨਾਲ ਭੈਣੋ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਤੇ ਸਭ ਵਡਿਆਈ ਲਈ ਨਾਲੇ ਸਾਡੇ ਤੇ ਸਾਰੇ ਪਾਪ ਵੀ ਸਦੇ ਭਲੇ ਲਈ ਕਬੂਲ ਕਰੇ। हे ਤਰਸਮੰਦ ਖੁਦਾ, ਸਾਰੇ ਇਨਾ ਤੋਹਫਿਆ ਨੂੰ ਕਬੂਲ ਕਰ ਜੋ ਅਸੀਂ ਕੁਵਾਰੀ ਮਾਂ ਮਰੀਅਮ ਦੇ ਆਦਰ ਵਿੱਚ ਥਾਈਨੋ ਚੜਾਉਂਦੇ ਹਾਂ। ਸਾਡੇ ਜੀਵਨ ਨੂੰ ਆਪਣੇ ਲਈ ਪ੍ਰਵਾਨ ਯੋਗਯ ਸਦੀਵੀ ਕੁਰਬਾਨੀ ਵਿੱਚ ਬਦਲ ਦੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ। ਆਮੇਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ, ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਪ੍ਰਭੂ ਵੱਲ ਅਸੀਂ ਆਪਣੇ ਪ੍ਰਭੂ ਦਾ ਧੰਨਵਾਦ ਕਰੀਏ। हे प्रभु इत बाप पूरी कुदरत वाले अति अकाल खुदा, यह सचमुच सही अति योग्य है मुक्ति पाउंदा राह है कि असी हर वेले अति हर था यीशु मसीह अपने प्रभु दे राही तेरा धन्यवाद करिए। ये सारी खुश किस्मती है कि धन कुमारी मरियम दी याद मनाउंदे होए सादा मन उसते धन्यवाद दे गीत नाल ਗੁੰਜ ਉੱਠੇ। ਤੂੰ ਸਾਰੀ ਦੁਨੀਆ ਉੱਤੇ ਕਿੰਨੇ ਅਨੋਖੇ ਖੰਮ ਕਿਨੇ ਕਿੱਥੇ ਹਨ। ਸਾਰੀ ਮਨੁੱਖ ਜਾਤੀ ਪੀੜ੍ਹੀ ਨੂੰ ਉਹ ਪੀੜ੍ਹੀ ਤੇਰੇ ਪਿਆਰ ਦੀ ਮਹਾਨਤਾ ਦੀ ਹਿੱਸੇਦਾਰ ਹੋਈ ਹੈ। ਤੂੰ ਆਪਣੀ ਦਿਨਦਾਸੀ ਮਰੀਅਮ ਦੀ ਹਲੀਮੀ ਉੱਤੇ ਕਿਰਪਾ ਦੀ ਨਜ਼ਰ ਕੀਤੀ ਅਤੇ ਉਸਦੀ ਸ਼ਾਨ ਵਧਾਈ ਅਤੇ ਉਸਨੂੰ ਦੁਨੀਆ ਦੇ ਮੁਕਤੀਦਾਤੇ ਤੇਰੇ ਬੇਟੇ ਯਿਸੂ ਮਸੀਹ ਸਾਡੇ ਪ੍ਰਭੂ ਦੀ ਮਾਂ ਬਣਨ ਦਾ ਰੁਤਬਾ ਦਿੱਤਾ। ਇਸ ਲਈ ਫਰਿਸ਼ਤਿਆਂ ਅਤੇ ਮਾਂ ਫਰਿਸ਼ਤਿਆਂ ਅਤੇ ਸਾਰੇ ਸਵਰਗ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇੱਕ ਐਲਾਨ ਕਰਦੇ ਹਾਂ। Oh,
प्रभु तू सचमुच पाक है अते सब पवित्रता दा सोमा है। इसलिए असी बेनती करते हाँ जिस तरह थरेल पाइंदी है उसे तरह तू अपने रूह पाक नो बेच के इना नसरानिया नो पवित्र कर तांजो यह साड़े लई साड़े प्रभु यीशु मसीह दा बदन अते लहू बन जावे। उसने अपनी मर्जी नाल अपने आपनू दुख तस्या लई सौंपड़े होए रोटी लई धनवाद कर दिया रोटी थोड़ी अते अपने चेलिया नू दिती यह खाइंदे होए तुसी सारे यह लो अते इस पिछो खाओ क्यों जो यह मेरा बदन है जिदा अर्थवा दे लई कुर्बान किता जावेगा। इसे तरह भोजन करन थे तो बाद उसने प्याला लिया एक बार फिर धन्यवाद कर दिया प्याला अपने चेलिया नू दी थी यह खाइंदे होए तुसी सारे यह लहू अति इस विचो पियो क्यों जो यह मेरे लहू दा प्याला है नवे अति सदवी नेम दा लहू जो थवादे अति बहुत्या वास्ते गुनाह दी माफी लई वाया जावेगा मेरी याद विच यह खरिया करो। ईमान दा फेद जदों सीए रोटी खाते अते इस प्याले विचों पीते हे प्रभु असी यीशु मसीह दी मौत अते उसते जी उठन दी यादगारी नो मनाउंदे होए ठाइनू जीवन दी रोटी अते मुक्ति दा प्याला चढ़ाउंदे हाँ असी थरा धन्यवाद करदे हाँ क्यों जो तू सानू इस योग्य थराया कि असी तेरी हजूरी विच दाखल होके तेरी सेवा करिए असी हलीमी नाल दुआ करदे हाँ कि मसीह दे बदन अते लहू विच हिस्सा लाइन द्वारा असी लहू पाक ते राही एकता विच बजे रहिए। प्रभु असी इस धरती उत्ते फैली हुई अपनी कलीसिया नू याद कर अते उस नू साडे संत पापा फ्रांसिस साडे बिशप अग्नेलो ग्रेशियस फ्रेंको अते सारे पुरोहतां नाल प्यार दी संपूर्णता विच कायम रख। साडे भैन भरावां नू वी याद कर जिहड़े जी उठण दी उम्मीद नाल सौंगे हन अते उन्हां सारिआं नू वी जो तेरे रहम विच मर गए हन इन्हां दा तू अपनी हजूरी दे चानण विच स्वागत कर। हे प्रभु असी बेनती करते हैं कि साढ़े सारे उत्ते दया कर तां जो तन कुवारी मरियम खुदा दी माँ दे नाल उस कुवारी दे मुबारक वरसंत यूसुफ दे नाल तन रसूलां ते सारे संतां नाल जिन्हां ने सारे युगां विच तैनू खुश कीता है असी सदी वी जीवन दे वारस होण दे हकदार बन जावांगे अते तेरे बेटे यीशु मसीह दे राहीं तेरी वडियाई अते उस्तत करांगे। उसते राही अते उसते नाल अते उसते विच हे खुदा पूरी कुदरत वाले बाप रूह पाक देखता विच सब जलाल अते वडियाई तेरी ही हाय सदा तो सदा ती कर। आमीन।
साढ़े मुक्तिदाता के हुक्म के मुताबिक उसकी कुदाई सिक्किया के अनुसार असि ये आखण की दलेरी करते हाँ। ए साडे बाप जेड़ा से महंती, ए साडे बाप जेड़ा से महंती, तेरा नाम पाक सदा मनिया जावे, तेरा नाम पाक सदा मनिया जावे। प्रभु असी प्रार्थना करते हाँ, सब बुराइयां तो सानू बचा, अपने रहम नाल साडी दिनां विच शांति अते एकता शांति दे, तां जो तेरी दया की मदद नाल असी हमेशा गुनाह तो मुक्त मुक्त रहिए अते हर मुसीबत तो सुरक्षित रहिए। जिवें मुबारक उम्मीद रखते हुए असी साढ़े मुक्तिदाते दे आउन दी उदिक खड़दे हाँ। हे प्रभु यीशु मसीह, तू अपने रसूलों नूं आखिया मैं तुहानू शांति दिंदा हाँ, अपनी शांति मैं तुहानू प्रदान करता हाँ। तू साढ़े गुनाह नूं नहीं सगो अपनी कलिसिया नूं कलिसिया दे ईमान नूं वेख अते उसनूं अपनी मर्जी मुताबिक शांति अते एकता प्रदान कर। तू जो जिउंदा अते राज करदा है सदा तो सदा ती कर। आमीन। प्रभु दी शांति सदा तुआदे नाल होवे। अते तुआदे नाल भी होवे। असी आप विच शांति दा सलाम देईए। ले खुदा दे तो दुनिया दे गुनाह चुक ले जाता
ले खुदा दे ले ले खुदा दे साड़ी उती दया करो वेखो जिदा संसार दे गुनाह चुक लेंदा है तनहन ओ जिदे ले ले दे बोझ लई सदे गए हन हे प्रभु मैं इस योग ते नहीं हां कि तू मेरी इच्छा थले आवे पर इति शब्दा ता मेरी रूह चंगी हो जावेगी दुआ पाक शराकत लेन तो पहला ऐ मुबारक मरियम तेरा प्यारा बेटा रोटी दे रूप विच साडे दिलां विच आण वाला है सानू बरकत दे ताकि असी भी तेरे वांग उस नूं मनीए अते प्यार करिए ऐ संत यूसुफ जिस तरह तू मसीह नूं पालिया उसे तरह सानू भी उसदी सेवा करनी सिखा आमीन हुण पाक शराकत लैण दा समां है सो मेहरबानी करके सिर्फ उही भैण भरा अगे आ के पाक शराकत लैण जो पहला पाक शराकत लेंदे हन अते जो कैथलिक विश्वासी हन जिन्हां दा कैथलिक विश्वास दे विच बपतिस्मा होया है जो पाक शराकत नहीं लेंदे हन जां पहली वारी गिरजाघर विच आए ने उन्हां दा स्वागत है वह भजन मंडली दे नाल मिल के प्रभु की महिमा दे लई भजन गाउण अते प्रार्थना करन तुझ
रहाई मैंने तुझे संगे प्रीत लगाई तूने मुझको भी है रहाई मैंने तुझे संगे प्रीत लगाई तूने मुझको भी है रहाई मेरे पाप का बोझ जो सारा मेरे पाप का बोझ जो सारा तूने उठा लिया मैंने तुझको दिल में बसा लिया ओ, ओ, ओ मैंने तुझको दिल में बसा लिया तू ही खुदा है तू ही खुदा है तू ही खुदा है मैंने तुझको दिल में बसा लिया ओ, 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 ओ मैंने तुझको दिल में बसा लिया पातशाह के रूप में प्रभु यीशु मसीह साडे दिलों में आए हैं आओ असीं सारे अपनी जगह पर घुटने के बल होंदे हुए अपने दिल की गहराई तो प्रभु का धन्यवाद करिए उसनु सिजदा करिए और उसका शुक्र करिए दुआवां पातशाह के लैण दे पिछों सिजदे का अमल ऐ इलाही यीशु जिहड़ा सचमुच मेरे दिल में आया है मैं सारे फरिश्तियां अते पाक लोकां नाल तैनू सिजदा करदा हाँ तू मेरा खालिक अते मालिक है सदा तीकर अते सारी जमीन के कंडिया तीकर तेरी बजुर्गी वड्याई अते बनगी कीती जावे ऐ मेहरबान यीशु मैं तेरिया रहमतां दे बदले तेनू की देवां मैं कख अते मिट्टी किस तरह तेरा शुक्र करा मैं तेरिया रहमतां दे गीत सदा ही गावांगा मैं अपना बदना तेरू ख्यालां अते दलीलां गल्लां अते कम्मां खुशियां अते दुखां नाले जिंदगी अते मौत नूं तेरी नज़र करदा हां मेरे बदन नूं लै लै इस दे विच वस अते इहनूं सब गुनाही शहवत तों साफ कर मेरी मर्जी नूं लै लै अते इहनूं अपनी मर्जी उत्ते चला मेरी याद नूं लै लै अते इहदे विच रिहा कर तां जो मैं तेनूं कदे ना भुल्लां मेरी अकल नूं लै लै इहनूं वधा तां जो मैं तेनूं वधीक जाणा अते प्यार करां मैनूं सारे नूं लै लै तां जो मैं सब कुछ तेरे ही प्यार वास्ते करिया करांगा आमीन ऐ मुबारक महाफरिश्ते संत मिकाइल तू लड़ाई दे वेले सानू संभाल शैतान अते उस दीआं बुराईआं उस दे फंदिआं विचों बचण लई साडी मदद कर असीं निमरता नाल इह मिन्नत करदे हां कि खुदा उहनां नूं दबकावे नाले आसमानी फौज दे सरदारा खुदा दी कुदरत नाल शैतान अते होर सारीआं बदरूहां नूं जो दुनिया ते बंदिआं दा नाश करन लई तुरदीआं फिरदीआं हन उहनां नूं दोज़ख विच सुट दे आमीन असी प्रार्थना करिए हे प्रभु इना मुक्तिदाई तोहफिया नाल तू सानू रजाया है बख्श दे कि सदबी नजाती इस मदद दे मदद ते राही सच्चा ईमान हमेशा वद्दा जावे साढ़े प्रभु यीशु मसीह दे राही आमेन प्रभु तुहाडे नाल होवे पूरी कुदरत वाला बाप बेटा अते रूह पाक तुहानू बरकत देवे आमीन अपने जीवन राही प्रभु दी वड़ाई करो
ਅਤੇ ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਜਲੰਧਰ ਡਾਇਸਿਸ ਨੂੰ ਮਾਂ ਮਰੀਅਮ ਦੇ ਬੇਦਾਗ ਦਿਲ ਲਈ ਸਮਰਪਣ ਪ੍ਰਾਰਥਨਾ। ਐ ਮਾਂ ਮਰੀਅਮ, ਐ ਮਾਂ ਮਰੀਅਮ, ਧਰਤੀ ਅਤੇ ਅਸਮਾਨ ਦੀ ਰਾਣੀ, ਧਰਤੀ ਅਤੇ ਅਸਮਾਨ ਦੀ ਰਾਣੀ, ਅਸੀਂ ਤੈਨੂੰ ਆਪਣੀ ਮਾਂ ਮੰਨਦੇ ਹਾਂ, ਅਸੀਂ ਤੈਨੂੰ ਆਪਣੀ ਮਾਂ ਮੰਨਦੇ ਹਾਂ, ਅਸੀਂ ਆਪਣੇ ਮਾਂ ਬਾਪ ਨੂੰ, ਅਸੀਂ ਆਪਣੇ ਮਾਂ ਬਾਪ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਜਲੰਧਰ ਡਾਇਸਿਸ ਨੂੰ, ਜਲੰਧਰ ਡਾਇਸਿਸ ਨੂੰ, ਸਾਡੇ ਭਾਰਤ ਦੇਸ਼ ਨੂੰ, ਸਾਡੇ ਭਾਰਤ ਦੇਸ਼ ਨੂੰ, ਅਤੇ ਸਾਰੀ ਮਨੁੱਖ ਜਾਤੀ ਨੂੰ, ਅਤੇ ਸਾਰੀ ਮਨੁੱਖ ਜਾਤੀ ਨੂੰ, ਤੇਰੇ ਬੇਦਾਗ ਦਿਲ ਲਈ ਸਮਰਪਣ ਕਰਦੇ ਹਾਂ, ਤੇਰੇ ਬੇਦਾਗ ਦਿਲ ਲਈ ਸਮਰਪਿਤ ਕਰਦੇ ਹਾਂ। ਇਹ ਸਾਡੀ ਪਿਆਰੀ ਮਾਂ, ਇਹ ਸਾਡੀ ਪਿਆਰੀ ਮਾਂ, ਸਾਡੇ ਉੱਤੇ ਰਾਜ ਕਰ, ਸਾਡੇ ਉੱਤੇ ਰਾਜ ਕਰ, ਅਤੇ ਸਾਡੇ ਨਾਲ ਰਹਿ, ਅਤੇ ਸਾਡੇ ਨਾਲ ਰਹਿ, ਤਾਂ ਕਿ ਅਸੀਂ ਤੇਰੇ ਹੋ ਜਾਈਏ, ਤਾਂ ਕਿ ਅਸੀਂ ਤੇਰੇ ਹੋ ਜਾਈਏ, ਖੁਸ਼ਹਾਲੀ ਅਤੇ ਮੁਸੀਬਤ ਵਿੱਚ, ਖੁਸ਼ਹਾਲੀ ਅਤੇ ਮੁਸੀਬਤ ਵਿੱਚ, ਸੁੱਖ ਅਤੇ ਦੁੱਖ ਵਿੱਚ, ਸੁੱਖ ਅਤੇ ਦੁੱਖ ਵਿੱਚ, ਤੰਦਰੁਸਤੀ ਅਤੇ ਬਿਮਾਰੀ ਵਿੱਚ, ਤੰਦਰੁਸਤੀ ਅਤੇ ਬਿਮਾਰੀ ਵਿੱਚ, ਜੀਵਨ ਅਤੇ ਮੌਤ ਵਿੱਚ, ਜੀਵਨ ਅਤੇ ਮੌਤ ਵਿੱਚ, ਖੁਦਾ ਦੇ ਵਫ਼ਾਦਾਰ ਰਹਿਣ ਵਾਸਤੇ, ਖੁਦਾ ਦੇ ਵਫ਼ਾਦਾਰ ਰਹਿਣ ਵਾਸਤੇ, ਐ ਮਾਂ, ਐ ਮਾਂ, ਸਾਡੀ ਸਹਾਇਤਾ ਕਰ, ਸਾਡੀ ਸਹਾਇਤਾ ਕਰ, ਐ ਤਰਸਮਨ ਮਾਂ, ਐ ਤਰਸਮਨ ਮਾਂ, ਐ ਕੁਆਰੀਆਂ ਦੀ ਰਾਣੀ, ਐ ਕੁਆਰੀਆਂ ਦੀ ਰਾਣੀ, ਸਾਡੇ ਦਿਲਾਂ ਅਤੇ ਦਿਮਾਗਾਂ ਉੱਤੇ, ਸਾਡੇ ਦਿਲਾਂ ਅਤੇ ਦਿਮਾਗਾਂ ਉੱਤੇ, ਨਿਗਾਹ ਰੱਖ, ਨਿਗਾਹ ਰੱਖ, ਅਤੇ ਸਾਨੂੰ ਬੁਰੀ ਖਾਹਿਸ਼ ਤੋਂ ਬਚਾਈ ਰੱਖ, ਅਤੇ ਸਾਨੂੰ ਬੁਰੀ ਖਾਹਿਸ਼ ਤੋਂ ਬਚਾਈ ਰੱਖ। ਐ ਪਵਿੱਤਰ ਮਾਂ, ਐ ਪਵਿੱਤਰ ਮਾਂ, ਤੂੰ ਦੀਨ ਦੁਖੀਆਂ ਦਾ ਆਸਰਾ ਹੈ, ਤੂੰ ਦੀਨ ਦੁਖੀਆਂ ਦਾ ਆਸਰਾ ਹੈ, ਸਾਡੀ ਮਦਦ ਕਰ, ਸਾਡੀ ਮਦਦ ਕਰ, ਕਿ ਅਸੀਂ ਗਰੀਬਾਂ, ਤਾਂ ਕਿ ਅਸੀਂ ਗਰੀਬਾਂ, ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ, ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਹਮੇਸ਼ਾ ਤਿਆਰ ਰਹੀਏ, ਹਮੇਸ਼ਾ ਤਿਆਰ ਰਹੀਏ, ਸਾਡੇ ਸਮਾਜ ਵਿੱਚ, ਸਾਡੇ ਸਮਾਜ ਵਿੱਚ ਊਚ ਨੀਚ ਦੀ ਭਾਵਨਾ ਨੂੰ, ਊਚ ਨੀਚ ਦੀ ਭਾਵਨਾ ਨੂੰ ਖਤਮ ਕਰਨ ਦੇ ਲਈ, ਖਤਮ ਕਰਨ ਦੇ ਲਈ, ਸਾਰੇ ਲੋਕਾਂ ਦੇ ਇਨਸਾਫ, ਸਾਰੇ ਲੋਕਾਂ ਦੇ ਇਨਸਾਫ, ਅਤੇ ਹੱਕਾਂ ਵਾਸਤੇ ਖੜੇ ਹੋਣ ਲਈ, ਅਤੇ ਹੱਕਾਂ ਵਾਸਤੇ ਖੜੇ ਹੋਣ ਦੇ ਲਈ, ਐ ਮਾਂ, ਐ ਮਾਂ, ਸਾਨੂੰ ਦਲੇਰੀ ਤੇ ਹਿੰਮਤ ਬਖਸ਼, ਸਾਨੂੰ ਦਲੇਰੀ ਅਤੇ ਹਿੰਮਤ ਬਖਸ਼, ਐ ਮਾਂ ਮਰੀਅਮ, ਐ ਮਾਂ ਮਰੀਅਮ, ਸ਼ਾਂਤੀ ਦੀ ਮਹਾਰਾਣੀ, ਸ਼ਾਂਤੀ ਦੀ ਮਹਾਰਾਣੀ, ਅਸੀਂ ਆਪਣੇ ਪਰਿਵਾਰਾਂ ਵਾਸਤੇ, ਅਸੀਂ ਆਪਣੇ ਪਰਿਵਾਰਾਂ ਵਾਸਤੇ, ਆਪਣੇ ਦੇਸ਼ ਵਾਸਤੇ, ਆਪਣੇ ਦੇਸ਼ ਵਾਸਤੇ, ਸਾਰੇ ਸੰਸਾਰ ਵਾਸਤੇ, ਸਾਰੇ ਸੰਸਾਰ ਵਾਸਤੇ, ਸ਼ਾਂਤੀ ਪਿਆਰ, ਸ਼ਾਂਤੀ ਪਿਆਰ, ਅਤੇ ਨਿਆਂ ਪਾਉਣਾ ਚਾਹੁੰਦੇ ਹਾਂ, ਅਸੀਂ ਨਿਆਂ ਪਾਉਣਾ ਚਾਹੁੰਦੇ ਹਾਂ, ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ, ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ। ਐ ਪਾਕ ਮਾਂ ਖੁਦਾ ਦੀ, ਐ ਪਾਕ ਮਾਂ ਖੁਦਾ ਦੀ, ਅਸੀਂ ਤੇਰੇ ਵਾਂਗ, ਅਸੀਂ ਤੇਰੇ ਵਾਂਗ ਪਾਕ ਰਹਿਣਾ ਚਾਹੁੰਦੇ ਹਾਂ, ਪਾਕ ਰਹਿਣਾ ਚਾਹੁੰਦੇ ਹਾਂ, ਅਸੀਂ ਉਹਨਾਂ ਸਾਰੇ ਗੁਨਾਹਾਂ ਲਈ, ਅਸੀਂ ਉਹਨਾਂ ਸਾਰੇ ਗੁਨਾਹਾਂ ਦੇ ਲਈ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਕੀਤੇ ਹਨ, ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਕੀਤੇ ਹਨ, ਕੁਫਾਰਾ ਦੇਣਾ ਚਾਹੁੰਦੇ ਹਾਂ, ਕੁਫਾਰਾ ਦੇਣਾ ਚਾਹੁੰਦੇ ਹਾਂ। ਐ ਪਾਕ ਮਾਂ ਕਲੀਸਿਆ ਦੀ, ਐ ਪਾਕ ਮਾਂ ਕਲੀਸਿਆ ਦੀ, ਹੁਣ ਅਸੀਂ ਵਾਅਦਾ ਕਰਦੇ ਹਾਂ, ਹੁਣ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੇਰੀਆਂ ਨੇਕੀਆਂ ਦੀ ਪੈਰਵੀ ਕਰਾਂਗੇ, ਅਸੀਂ ਤੇਰੀ ਨੇਕੀਆਂ ਦੀ ਪੈਰਵੀ ਕਰਾਂਗੇ, ਅਤੇ ਦੁਨਿਆਵੀ ਖਾਹਿਸ਼ਾਂ ਦੀ ਪਰਵਾਹ ਨਾ ਕਰਦੇ ਹੋਏ, ਦੁਨਿਆਵੀ ਖਾਹਿਸ਼ਾਂ ਦੀ ਪਰਵਾਹ ਨਾ ਕਰਦੇ ਹੋਏ, ਅਸੀਂ ਜ਼ਿੰਦਗੀ ਨੂੰ ਅਮਲ ਵਿੱਚ ਲਿਆਵਾਂਗੇ, ਅਸੀਂ ਜ਼ਿੰਦਗੀ ਨੂੰ ਅਮਲ ਵਿੱਚ ਲਿਆਵਾਂਗੇ। ਅਸੀਂ ਵਾਅਦਾ ਕਰਦੇ ਹਾਂ, ਅਸੀਂ ਵਾਅਦਾ ਕਰਦੇ ਹਾਂ ਕਿ ਆਪੋ ਆਪਣੇ ਪਰਿਵਾਰਾਂ ਵਿੱਚ, ਆਪਣੇ ਆਪਣੇ ਪਰਿਵਾਰਾਂ ਦੇ ਵਿੱਚ, ਮਾਂ ਬਾਪ ਅਤੇ ਬੱਚੇ, ਮਾਂ ਬਾਪ ਅਤੇ ਬੱਚੇ ਇਕੱਤਰ ਹੋ ਕੇ, ਇਕੱਤਰ ਹੋ ਕੇ ਹਰ ਰੋਜ਼ ਪਾਕ ਰੋਜ਼ਰੀ ਦੀ ਦੁਆ ਪੜਾਂਗੇ, ਹਰ ਰੋਜ਼ ਪਾਕ ਰੋਜ਼ਰੀ ਦੀ ਦੁਆ ਪੜਾਂਗੇ। ਅਸੀਂ ਇਹ ਸਮਰਪਣ ਕਰਦੇ ਹਾਂ, ਅਸੀਂ ਇਹ ਸਮਰਪਣ ਕਰਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਸਲਾਮ ਹੈ ਮਰੀਅਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਮਰੀਅਮ ਖੁਦਾ ਦੀ ਮਾਂ, ਅਸਾਂ ਗੁਨਾਹ ਕਰਨ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਸਲਾਮ ਹੈ ਮਰੀਅਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਮਰੀਅਮ ਖੁਦਾ ਦੀ ਮਾਂ, ਅਸਾਂ ਗੁਨਾਹ ਕਰਨ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਸਲਾਮ ਹੈ ਮਰੀਅਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਮਰੀਅਮ ਖੁਦਾ ਦੀ ਮਾਂ, ਅਸਾਂ ਗੁਨਾਹ ਕਰਨ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਸ਼ਾਂਤੀ ਦੀ ਮਹਾਰਾਣੀ ਮੁਬਾਰਕ ਮਾਂ ਮਰੀਅਮ, ਸਾਡੇ ਲਈ ਦੁਆ ਕਰ। ਸ਼ਾਂਤੀ ਦੀ ਮਹਾਰਾਣੀ ਮੁਬਾਰਕ ਮਾਂ ਮਰੀਅਮ, ਸਾਡੇ ਲਈ ਦੁਆ ਕਰ। ਸ਼ਾਂਤੀ ਦੀ ਮਹਾਰਾਣੀ ਮੁਬਾਰਕ ਮਾਂ ਮਰੀਅਮ, ਸਾਡੇ ਲਈ ਦੁਆ ਕਰ। ਅੱਜ ਇਸ ਪਵਿੱਤਰ ਮੌਕੇ 'ਤੇ ਅਸੀਂ ਜਲੰਧਰ ਕੈਥੀਡਰਲ ਪੈਰਿਸ਼ ਦੇ ਸਾਰੇ ਮਿਲ ਕੇ, ਪੈਰਿਸ਼ ਕੌਂਸਲ ਅਤੇ ਵੱਖ ਵੱਖ ਜੋ ਕਮੇਟੀਆਂ ਅਤੇ ਐਸੋਸੀਏਸ਼ਨ ਹੈ, ਅਤੇ ਸਾਰੇ ਇਲਾਕੇ ਦੇ ਲੋਕ ਮਿਲ ਕੇ ਵਿਸ਼ੇਸ਼ ਤੌਰ 'ਤੇ ਬਿਸ਼ਪ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜੋ ਆਪਣਾ ਸਮਾਂ ਨਿਕਾਲ ਕੇ ਸਾਡੇ ਵਿੱਚ ਆਏ ਅਤੇ ਪਾਕ ਮਾਸਟਰੀ ਕੁਰਬਾਨੀ ਚੜਾਏ, ਪ੍ਰਾਰਥਨਾ ਕੀਤੀ ਅਤੇ ਆਪਣੇ ਸੰਦੇਸ਼ ਵੀ ਸ਼ੁਰੂ ਦੇ ਵਿੱਚ ਦਿੱਤਾ ਹੈ। ਬਿਸ਼ਪ ਸਾਹਿਬ ਜੀ, ਅਸੀਂ ਆਪਣੇ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਬੇਨਤੀ ਕਰਦਾ ਹਾਂ ਆਪਣੇ ਪ੍ਰਧਾਨ ਜੀ,
रॉबर्ट दे अगे कि वो बिशप साहब जी नो सम्मान करन। नाले साढ़े मान्योग फादर साहिबाना नू भी असी सन्मान करांगे। प्रधान जी अगे कहांगे फादर मार्टिन सादिक प्रार्थना भवन टीवी दे डायरेक्टर है ते साढ़े जो प्रार्थना बंदगी दे सारे प्रोग्राम डायरेक्ट लाइव टेलीकास्ट किया है 15 दिन 16 दिन तो असी फादर जी का सारे प्रार्थना भवन टीवी का टीम का दिलों धन्यवाद करते हाँ। साढ़े फादर जी मोनसिन्योर डैनियल गिल है जो विकर जनरल पिछले इतवार को पाक मास्टर कुरबानी संदेश दिता तो साढ़े नाल है। तो फादर जॉन तेजा जो माइनर सेमिनरी डायरैक्टर है तो अज प्रभु के वचन के नाल सारे निहाल किया। फादर जी का धन्यवाद करते हाँ तो फादर जी ने सम्मान करिए। असी एक ग्रुप फोटो लवेंगे बिशप साहब जी के नाल। साइकिल यात्री बिशप साहब के नाल फोटो लेने के लिए आगे आओ जो साइकिल यात्री है। इस मौके पे मैं विशेष करके धन्यवाद करना चाहूँगा सारे जो लोग माँ मरियम के जो भक्त है सेवादार है वख वख तरीके दे नाल इस त्यौहार नो जो 15-16 दिन असी मनाया है तो कल भी मुक्तसर डिनर दे विच आवणगे कल भी असी मनावांगे उहदे नाल ही समाप्त होणगे। उन तुहाडा सारिआं दा मैं धन्नवाद करना चाहुंदा हाँ। तो साढ़े फादर साहिबान विशेष करके फादर जेम्स चाखो जिन्होंने पूरी तरह साढ़े ये कम संभालिया लंगर दिए ते हर जगह ते डीकन शिबिन जिन्होंने आराधना दे विच ते बाकी सारे काम दे विच मदद कीते एम जे जमात दिया सिस्टरा अते जो पोस्टलेंस है इतने हर समय सारे कामों दे विच उन्होंने पूरी तरह योगदान दिते हैं। ते बाकी सारे पारिश काउंसिल सलीबी सेना मरियम सेना बहुत सारे अपना समा निकाल के ना सारे दिनां दे विच आके बहुत सेवा निभाए अपने पारिश दे खोयर अते वख वख डीनरी विच आए खोयर इस बंदगी नूं बहुत वधिया तरीके नाल चलाउण लई मदद कीते। ते साडे डिस्ट्रिक्ट अथॉरिटीज़ पुलिस कमिश्नर डीसी अते साडे सचिव साहब इस दे नाल आर्मी दे वख वख ऑफिशियल्स उन्हें सारिया ने सानू बहुत सहयोग दिता है असी उन्हें सारियां दा तहे दिलों धन्नवाद करते हाँ अते प्रार्थना करते हाँ कि माँ मरियम की सिफारिश राही उन्हें बहुतात विच आशीष मिलन। जेकर कोई भी है जिन्हां दे नाम लेना या सारियां दे मैं धन्नवाद करते हाँ तो इहदे विच किसी नूं भी छोट नहीं दिता है सब लोगों का धन्नवाद करते हाँ। हुण असी जो माँ मरियम की जो झंडा चढ़ाया सी 23 तारीख नो उस झंडा नो उतारण दे लई बिशप साहब जी दे अगे बिंदी करांगे बिशप साहब जी आके उस झंडा उतारणगे। इस नाल साढ़े जो प्रार्थना दे त्योहार की ऑफिशियली समाप्ति हो जाएंगे। उस दे नाल असी रोजरी माला की जाप
करांगे शोभा यात्रा दे विच दो लाइनां दे विच मां मरियम दी जो स्टैचू है उसनो लेके असी शोभा यात्रा विच जावांगे। शोभा यात्रा शुरू करन तो पहला जो झंडा है उतारणगे। सारे बाहर जाके लाइनां दे विच खड़े होन ते जदों दसेगा उदों रोसरी शुरू करना, पहले झंडा उतारण दी रसम करनगे। बाप बेटा रूह पाक दे नाम ते रसूला दा कलमा मैं इक खुदा ते ईमान रखदी हां जेड़ा बाप पूरी कुदरत वाला आसमान ते जमीन दा पैदा करन वाला है। मैं यीशु मसीह ते ईमान रखदी हां जेड़ा उसदा इकलौता बेटा ते साडा खुदावंद है और रूह पाक दी कुदरत नाल कुआरी मरियम दे गर्भ विच पिया उस तो जम्मिया। ऐ साडे बाप जेड़ा तू आसमान ते है तेरा नाम पाक मन्या जावे, तेरा राज आवे, तेरी मर्जी जिस तरह आसमान ते पूरी हुंदी है ते जमीन ते भी होवे। साडे रोज दी रोटी अज सानू दे, साडे कसूर सानू माफ कर जिस तरह असीं अपने कसूरवारां नू माफ करदे हां, सानू अजमाइश विच ना पा सगो बुराई तो बचा, आमीन। सलामे मरियम फजल नाल परी होई खुदावन तेरे नाल है, तू औरता विचो तन है नाले तन है तेरी कुख दा फल यीशु। ए हजरत मरियम खुदा दी मां असा गुनाहगार ले दुआ कर हुण ते साडी मौत दे वेले, आमीन। सलामे मरियम फजल नाल परी होई खुदावन तेरे नाल है, तू औरता विचो तन है नाले तन है तेरी कुख दा फल यीशु। ए हजरत मरियम खुदा दी मां असा गुनाहगार ले दुआ कर हुण ते साडी मौत दे वेले, आमीन। सलामे मरियम फजल नाल परी होई खुदावन तेरे नाल है, तू औरता विचो तन है नाले तन है तेरी कुख दा फल यीशु। ए हजरत मरियम खुदा दी मां असा गुनाहगार ले दुआ कर हुण ते साडी मौत दे वेले, आमीन। बाप ते बेटे ते रूह पाक दी वडियाई होवे जेड़ी मुंडो सी हुण ते हमेशा होवेगी, आमीन। महिमा दे पंज भेद, महिमा दा पहला भेद प्रभु यीशु मसीह दा जी उठना। ऐ साडे बाप जिहड़ा आसमान ते है तेरा नाम पाक मन्या जावे, तेरा राज आवे, तेरी मर्जी आसमान ते पूरी हुंदी जमीन ते भी होवे। साडे रोज दी रोटी आज सानू दे, साडे कसूर सानू माफ कर जिस तरह असीं अपने कसूरवारां नू माफ करदे हां, सानू अजमाइश विच ना पा सगो बुराई तो बचा, आमीन। सलाम ऐ मरियम फजल भरी खुदा विंतरे नाल है, तू औरत विच तन है तां तेरी कुख दा फल यीशु। ऐ हजरत मरियम खुदा दी मां असा गुनाहगार लई दुआ कर हुण ते साडी मौत दे वेले, आमीन। सलाम ऐ मरियम फजल भरी खुदा विंतरे नाल है, तू औरत विच तन है तां तेरे कुख दा फल यीशु। ऐ हजरत मरियम खुदा दी मां असा गुनाहगार लई दुआ कर हुण ते साडी मौत दे वेले, आमीन। सलाम ऐ मरियम फजल भरी खुदा विंतरे नाल है, तू औरत विच तन है तां तेरे कुख दा फल यीशु। ऐ हजरत मरियम खुदा दी मां असा गुनाहगार लई दुआ कर
ਹੁਣ ਤੇ ਸਾਡੀ ਮੌਤ ਦੇ ਵੇਲੇ ਆਵੇਂ। ਸਲਾਮ ਹੈ ਮਰੀਮ ਫਜ਼ਲ ਭਰੀ, ਖੁਦਾਵਿੰਦ ਤੇਰੇ ਨਾਲ ਹੈ, ਤੂੰ ਔਰਤ ਵਿੱਚ ਧੰਨ ਹੈ, ਧੰਨ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਵੇਂ। ਸਲਾਮ ਹੈ ਮਰੀਮ ਫਜ਼ਲ ਭਰੀ, ਖੁਦਾਵਿੰਦ ਤੇਰੇ ਨਾਲ ਹੈ, ਤੂੰ ਔਰਤ ਵਿੱਚ ਧੰਨ ਹੈ, ਧੰਨ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਹੈ ਮਰੀਮ ਫਜ਼ਲ ਭਰੀ, ਖੁਦਾਵਿੰਦ ਤੇਰੇ ਨਾਲ ਹੈ, ਤੂੰ ਔਰਤ ਵਿੱਚ ਧੰਨ ਹੈ, ਧੰਨ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਹੈ ਮਰੀਮ ਫਜ਼ਲ ਭਰੀ, ਖੁਦਾਵਿੰਦ ਤੇਰੇ ਨਾਲ ਹੈ, ਤੂੰ ਔਰਤ ਵਿੱਚ ਧੰਨ ਹੈ, ਧੰਨ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਹੈ ਮਰੀਮ ਫਜ਼ਲ ਭਰੀ, ਖੁਦਾਵਿੰਦ ਤੇਰੇ ਨਾਲ ਹੈ, ਤੂੰ ਔਰਤ ਵਿੱਚ ਧੰਨ ਹੈ, ਧੰਨ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਹੈ ਮਰੀਮ ਫਜ਼ਲ ਭਰੀ, ਖੁਦਾਵਿੰਦ ਤੇਰੇ ਨਾਲ ਹੈ, ਤੂੰ ਔਰਤ ਵਿੱਚ ਧੰਨ ਹੈ, ਧੰਨ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਹੈ ਮਰੀਮ ਫਜ਼ਲ ਭਰੀ, ਖੁਦਾਵਿੰਦ ਤੇਰੇ ਨਾਲ ਹੈ, ਤੂੰ ਔਰਤ ਵਿੱਚ ਧੰਨ ਹੈ, ਧੰਨ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਪਾਪ ਅਤੇ ਬਿਰਧ ਪਾਕ ਦੀ ਵਡਿਆਈ ਹੋਵੇ, ਜੇ ਮੁੱਢੋ ਸੀ ਹੁਣ ਅਤੇ ਹਮੇਸ਼ਾ ਹੋਵੇਗੀ, ਆਮੀਨ। ਐ ਮੇਰੇ ਨਿਹਾਇਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਵਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਨੂੰ ਜਿਹੜੇ ਤੇਰੇ ਰਹਿਮ ਦੇ ਬਹੁਤੇ ਲੋੜਵੰਦ ਹਨ। ਮਹਿਮਾ ਦਾ ਦੂਜਾ ਭੇਦ, ਪ੍ਰਭੂ ਯਿਸੂ ਮਸੀਹ ਦਾ ਸਵਰਗ ਵਿੱਚ ਚਲੇ ਜਾਣਾ। ਆਏ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੀ ਵਡਿਆਈ ਹੋਵੇ, ਜੈ ਮੁੱਢੋ ਸੀ ਹੁਣ ਅਤੇ ਹਮੇਸ਼ਾ ਹੋਵੇਗੀ, ਆਮੀਨ। ਐ ਮੇਰੇ ਨਿਹਾਇਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ,
ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਵਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਨੂੰ ਜਿਹੜੇ ਤੇਰੇ ਰਹਿਣ ਦੇ ਬਹੁਤੇ ਲੋੜਵੰਦ ਹਨ। ਦੁੱਖ ਮਹਿਮਾ ਦਾ ਤੀਜਾ ਭੇਦ, ਰੂਹ ਪਾਕ ਦਾ ਰਸੂਲਾਂ ਉੱਤੇ ਉਤਰਨਾ। ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ 'ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ 'ਤੇ ਪੂਰੀ ਹੁੰਦੀ ਹੈ, ਤੇਰੀ ਜ਼ਮੀਨ 'ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਤੋਰ ਤਾਵੀ ਤੋਂ ਤਨ ਗਏ ਨਾਲੇ ਤਨ ਤੇਰੇ ਗਰਬ ਦਾ ਫਲ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ ਲਈ ਦੁਆ ਕਰ ਹੁਣੇ ਅਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਗਏ ਤੋਰ ਤਾਵੀ ਤੋਂ ਤਨ ਗਏ ਨਾਲੇ ਤਨ ਤੇਰੇ ਗਰਬ ਦਾ ਫਲ ਯੇਸੂ। ਏ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ ਲਈ ਦੁਆ ਕਰ ਹੁਣੇ ਅਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ ਤੋਰ ਤਾਵੀ ਤੋਂ ਤਨ ਨਾਲੇ ਤਨ ਤੇਰੇ ਗਰਬ ਦਾ ਫਲ ਯੇਸੂ। ਏ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ ਲਈ ਦੁਆ ਕਰ ਹੁਣੇ ਅਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ ਤੋਰ ਤਾਵੀ ਤੋਂ ਤਨ ਗਏ ਨਾਲੇ ਤਨ ਤੇਰੇ ਗਰਬ ਦਾ ਫਲ ਯੇਸੂ। ਏ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ ਲਈ ਦੁਆ ਕਰ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ ਤੋਰ ਤਾਵੀ ਤੋਂ ਤਨ ਹੈ ਨਾਲੇ ਤਨ ਤੇਰੇ ਗਰਬ ਦਾ ਫਲ ਯੇਸੂ। ਏ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ ਲਈ ਦੁਆ ਕਰ ਹੁਣੇ ਅਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ ਤੋਰ ਤਾਵੀ ਤੋਂ ਤਨ ਹੈ ਨਾਲੇ ਤਨ ਤੇਰੇ ਗਰਬ ਦਾ ਫਲ ਯੇਸੂ। ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ ਲਈ ਦੁਆ ਕਰ ਹੁਣੇ ਅਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਗਏ ਤੋਰ ਤਾਵੀ ਤੋਂ ਤਨ ਗਏ ਨਾਲੇ ਤਨ ਤੇਰੇ ਗਰਬ ਦਾ ਫਲ ਯੇਸੂ। ਏ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ ਲਈ ਦੁਆ ਕਰ ਹੁਣੇ ਅਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਗਏ ਤੋਰ ਤਾਵੀ ਤੋਂ ਤਨ ਗਏ ਨਾਲੇ ਤਨ ਤੇਰੇ ਗਰਬ ਦਾ ਫਲ ਯੇਸੂ। ਏ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾ ਗੁਨਾਹਗਾਰ
लई दुआ कर हुणे अते साडी मौत वेले आवें सलाम में मरियम फज़ल नाल परी होई खुदावंद तेरे नाल है तू और तावे तो तन गए नाले तन तेरे गर्व दा फल यीशु ए हजरत मरियम खुदा दी मां असा गुनागार लई दुआ कर हुणे अते साडी मौत वेले आवें बाप अते बेटे अते रूपाक दी वडियाई होवे जेडी मुड़ सी हुण दे हमेशा होवेगी आमीन ए मेरे निहायत मेहरबान यीशु सारे गुनाह सानू माफ कर नरक दी अग तो सानू बचा सब रूहां नू स्वर्ग विच खिच ले खास करके उहनां नू जो तेरे रहम दे बहुते लोड़मंद हन महिमा दा चौथा भेद धन कुआरी मरियम दा स्वर्ग विच उठाया जाणा ए साडे बाप जेड़ा तू आसमान ते है तेरा नाम पाक मन्या जावे तेरा राज आवे तेरी मर्जी जिस तरह आसमान ते पूरी हुंदी है ते जमीन ते भी होवे साडे रोज दी रोटी आज सानू दे साडे कसूर सानू माफ कर जिस तरह असी अपने कसूर वालेयां नू माफ करदे हां सानू अजमैश विच ना पा सगो बुराई तो बचा आमीन सलामे मरियम फजल नाल भरी होई खुदावन तेरे नाल है तू औरता विचो तन है नाले तन है तेरी कुख दा फल यीशु ए हजरत मरियम खुदा दी मां असा गुनाहगारा लई दुआ कर हुण ते साडी मौत दे वेले आमीन सलामे मरियम फजल नाल परी होई खुदावन तेरे नाल है तू औरता विचो तन है नाले तन है तेरी कुख दा फल यीशु ए हजरत मरियम खुदा दी मां असा गुनाहगारा लई दुआ कर ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਬਾਪ ਅਤੇ ਬੇਟੇ ਅਤੇ ਰੂਪਾਕ ਦੀ ਵਡਿਆਈ ਹੋਵੇ ਜਿਹੜੀ ਮੁੰਡਾ ਸੀ ਹੁਣ ਤੇ ਹਮੇਸ਼ਾ ਹੋਵੇਗੀ ਆਮੀਨ ਐ ਮੇਰੇ ਨਿਹਾਇਤ ਮਿਹਰਬਾਨ ਯੇਸ਼ੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਰਕ ਦੀ ਅੱਗ ਵਿੱਚੋਂ ਸਾਨੂੰ ਬਚਾ ਸਭ ਰੂਹਾਂ ਨੂੰ ਸਵਰਗ ਵਿੱਚ ਖਿੱਚ ਲੈ ਖਾਸ ਕਰਕੇ ਉਹਨਾਂ ਨੂੰ ਜਿਹੜੇ ਤੇਰੇ ਰਹਿਮ ਦੇ ਬਹੁਤੇ ਲੋੜਵੰਦ ਹਨ ਮਹਿਮਾ ਦਾ ਪੰਜਵਾਂ ਭੇਦ ਧੰਨ ਕੁਆਰੀ ਮਰੀਮ ਨੂੰ ਸਵਰਗ ਵਿੱਚ ਤਾਜ ਮਿਲਣਾ ਆਏ ਸਾਡੇ ਬਾਪ ਜਿਹੜਾ ਤੂੰ ਅਸਮਾਨ 'ਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ 'ਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ ਆਮੀਨ ਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ
तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन सलाम ऐ मरियम फजल नाल परी होई खुदावंत तेरे नाल है तू औरत विचो तन है नाले तन है तेरी कुख दा फल यीशु ऐ हजरत मरियम खुदा दी मां असा गुनाहगार लई दुआ कर हुण ते साडी मौत दे वेले आमीन बाप अते बेटे अते रूह पाक दी बड़ियाई होवे जय मुड़ो सी हुण अते हमेशा होवेगी आमीन ऐ मेरे निहायत मेहरबान यीशु साडे गुनाह सानू माफ कर नरक दी अग तो सानू बचा सब रूहां नू स्वर्ग विच खिच लै खास करके उहनां नू जिहड़े तेरे नाम दे बहुते लोड़वंद हन असीं प्रार्थना करिए ऐ खुदा जो अपने बेटे साडे प्रभु यीशु मसीह दे जीवन मौत अते मुर्दिया विचो जी उठन नाल दुनिया नू राजी करन लई मेहरबान होया बख्श दे कि ओदी कुआरी मां मरियम दी सिफारिश दे नाल असी ओदी पाक रोजरी दे भेदा उते ध्यान लाउंदे होए जो कुछ जो सिखाउंदे हन ओदे उते अमल करिए अते जिसदा ओ वादा करदे हन उस नू हासिल करिए उसे साडे प्रभु यीशु मसीह दे नां उते आमेन आओ हुण असी सारे मिलके तन सदा कुआरी मां मरियम दी लेतानिया दे विच भाग लवांगे हे रब दया करो हे मसीह दया करो हे मसीह दया करो हे रब दया करो हे रब दया करो हे खुदा बा हे खुदा बेटे खुदा रूह पाक दया करो साडे उते दया करो संतनी मरियम पाक मां खुदा दी ए माया सादी तेरी जय जयकार तेरी जय जयकार कुवारी कुवारियां दी ए मां मसीह दी खुदाई फजल दी तेरी जय जयकार तेरी जय जयकार कर दुआ साडे लई मां
कर दुआ सड़े मां अति पवित्र मां अति निर्मल मां है बेदाग मां तेरी जय जयकार तेरी जय जयकार सदा कुवारी मां हर मन प्यारी मां सलाहुन योग मां तेरी जय जयकार तेरी जय जयकार कर दुआ सडे रही मां कर दुआ सडे रही मां ने चला दी सृजन हार दी मां मुक्ति दाते दी तेरी जय जयकार तेरी जय जयकार मां कलीसिया दी अति चौकस कुवारी मान योग कुवारी तेरी जय जयकार तेरी जय जयकार कर दुआ साडे लई मां कर दुआ साडे लई मां शक्तिमान कुवारी दयालु कुवारी धर्मी कुवारी तेरी जय जयकार तेरी जय जयकार शीश ने आओ दे तख्त दनाई दे सबब खुशी दी तेरी जय जयकार तेरी जय जयकार कर दुआ साडे लई मां कर दुआ साडे लई मां रूहानी पंडा भगती दे पंडा भेद वाले गुलाब तेरी जय जयकार तेरी जय जयकार बुर्ज दाऊद दे बुर्ज हाथी दंद दे सुनहरी करे तेरी जय जयकार तेरी जय जयकार कर दुआ साडे लई मां कर दुआ साडे लई मां संदूक नेम दे बूहे स्वर्ग दे तारे वटे वेले दे तेरी जय जयकार तेरी जय सेहत बीमारा दी पना गुनाकारा दी सहायता ईसाइया दी तेरी जय जयकार तेरी जय जयकार कर दुआ साडे लई मां कर दुआ साडे लई मां रानी फरिश्तियां दी रानी वडेरियां दी रानी पैगंबरां दी तेरी जय जयकार तेरी जय जयकार रानी रसूलां दी रानी शहीदां दी रानी धर्मियां दी तेरी जय जयकार तेरी जय जयकार कर दुआ साडे लई मां कर दुआ साडे लई मां रानी कुवारियां दी रानी संतां दी रानी संतनियां दी तेरी जय जयकार तेरी जय जयकार रानी लूरदस दी रानी फातिमा दी रानी कारमल दी तेरी जय जयकार तेरी जय जयकार कर दुआ साडे लई मां कर दुआ साडे लई मां बेदाग पैदा होई स्वर्ग चुठाई गई स्वर्ग च रानी बनी तेरी जय जयकार तेरी जय जयकार रानी रोजरी दी रानी शांति दी रानी कुल कोमा दी तेरी जय जयकार तेरी जय जयकार कर दुआ साडे लई मां कर दुआ साडे लई मां ऐ दी
अकेले खुदा दे तू दुनिया दे गुनाह चुक ले जांदा है सानू बदी तो बचा रब्बा ले ले खुदा दे तू दुनिया दे गुनाह चुक ले जांदा है साडी दुआ नू कबूल करो ले ले खुदा दे तू दुनिया दे गुनाह चुक ले जांदा है साडे उते दया करो सलाम ए रानी रहम दी मां साडी जिंदगी दी खुशी ते उम्मीद सलाम असि देशो कड्डे हवा दी संतान तेरे अगे पुकार दे हां असि इस गमा दी दुनिया विच रोंदे अते पिटदे होए तेरे अगे हुका भरदे हां हुणे साडी वकीला अपनी रहम दी नजर नाल साडे वल ध्यान कर अते साडे देश निकाले दे पिछो अपनी कुक दा मुबारक फल यीशु सानू विखा ऐ रहम दिल ऐ मेहरबान ऐ श्री कुआरी मरियम ऐ पाकमा खुदा दी साडे लई दुआ करे तां जो असी मसीह दे वादिया दे लायक बन जाइए असी प्रार्थना करिए असी तेरे बच्चे तेरे अगे नियोंदे हां ऐ प्रभु खुदा तू कृपा करके साडे तन मन नूं लगातार तंदुरुस्ती दे नाले तन सदा कुआरी मां मरियम दी सिफारिश दे सदके तू सानूं वर्तमान दुखां तों छुड़ा अते सदीवी आनंद विच पहुंचा दे असी ये दुआ मंगदे हां अपने प्रभु यीशु मसीह दे राहें आमीन दुआ याद करे ऐ निहायत मेहरबान कुआरी मरियम पर कदी ये नहीं सुनिया गया कि कोई भी तेरी पनाह लभदे आ तेरी मदद चाहंदे आ तेरी सिफारिश मंगदे आ तेरे खाली क्या होवे ऐ कुआरी कुआरियां दी अते मेरी मां मैं तसल्ली नाल तेरे कोल नस्सा आंदा हां अते तेरे अगे खलो के मैं गुनाही रोंदा हां ऐ दे तारे होए कलाम दी मां मेरी अर्जा नु हकी ना जान सब मेहरबानी नाल सुनी अते कबूल करी आमीन बाप अते बेटे अते रूपाक दी वडियाई होवे जय मुटो सी हुण अते हमेशा होवेगी आमीन आओ हुण असी सारे मिलके सदा सहाई मां मरियम दे आदर विच नवीना प्रार्थना दे विच भाग लईए और इस नवीना प्रार्थना दे द्वारा असी अपनियां खास दिले अर्जा लोड़ां और जरूरतां मां मरियम दी सिफारिश मंगदे होए खुदा दे अगे समर्पण करिए सदा सहाई मां साडे लई दुआ करे अपनी संतान ले ए प्यारी मां दुआ करे सदा सहाई मां साडे लई दुआ करे अपनियां संतान ले ए प्यारी मां दुआ करे ए सदा सहाई मां साडे लई दुआ करे अपनियां संतान ले प्यारी मां दुआ करे ऐ अत पवित्र बेदाग कुआरी ते साडी मां मरियम तू सदा सहाय है साडी शरण ते साडी उम्मीद है आज असि तेरे कोल आए हां असि उना सारे फजलां लई खुदा दे शुक्रगुजार हां जो तू साडे लई हासिल कीते हन ऐ पवित्र मां असि तेनु प्यार करदे हां अपना प्यार विखाउण लई असि इकरार करदे हां कि असि हमेशा तेरे भगत रहांगे अते होरना नु भी तेरे कोल लियाउण लई पूरा पूरा यतन करांगे ऐ सदा सहाय मां तू जो खुदा दे नाल शक्तिशाली है साडे इन्हां फजलां नूं हासिल कर बुराई उत्ते जीत पाउण दी शक्ति यीशु मसीह दे प्रति प्यार
जीवन पर खुदा दी वफादार सेवा अते आखर विच पवित्र मौत ताकि असी तेरे अते तेरे बेटे नाल अनंत काल तक जीवे रहिए। ऐ सदा सहाय मां साडे लई दुआ कर। ऐ प्रभु यीशु मसीह तू गलील दे काना पिंड विच अपनी मां मरियम दे एक ही शब्द ते पानी नू अंगूरी महम विच बदल दिता। हुण इन्हां लोकां दीआं दुआवां नू सुन लै जो अपनी सदा सहाय मां दे आदर लिए थे इकट्ठे होए हन। कृपा करके साडियां बेनतियां ते सच्चे शुकराने कबूल कर। ऐ सदा सहाय मां असी तेरे शक्तिशाली नाम नू पुकारदे हां। तू जीवन दी रखवाली अते मरण वाले दा सहारा है। तेरा नाम सदा साडे बुलां ते होवेगा। खास करके बुराई दे सामने अते मौत दे वेले तेरा नाम साडे लई भरोसा अते शक्ति है। पवित्र राणी जद असी तेनू पुकारिए तू साडी सहायता कर। असी केवल तेरा नाम जपण ते ही संतुष्ट नहीं होवांगे सगो असी अपनी रोजाना जिंदगी विच ए प्रगट करांगे कि तू सचमुच साडी सदा सहाई मां है। दुनियावी अते जिस्मानी लोड़ां लई प्रार्थना। ऐ सदा सहाय मां असी बड़े भरोसे नाल तेरे कोल आए हां। असी अपनी रोजाना जिंदगी दीआं मुश्किलां विच तेरी सहायता लई बेनती करदे हां। कदे कदे दुख तकलीफां सानूं बेवस निराश कर दिंदियां हन। विपदा ते मुसीबतां साडी जिंदगी नूं परेशान कर दिंदियां हन अते हर साल सानूं दुख दा सामना करना पैंदा है। इस लिए तरस मन मां साडे उते कृपा कर। साडियां लोड़ां वल ध्यान दे सानूं सारियां कलेशां तों छुड़ा। जेकर खुदा दी मर्जी ए होवे कि असी होर दुख चलिए तां सानूं शक्ति दे कि असी ए सब कुछ प्यार अते सबर नाल सह सकीए। असी ए वरदान अपनियां खूबियां उते भरोसा करके नहीं मंगदे सगो सदा सहाय मां तेरे प्यार अते तेरी शक्ति उते भरोसा रख के मंगदे हां। आमीन। साडियां बेनतियां असी प्रार्थना करिए। ऐ साडे खुदा कृपा करके साडे संत पापा फ्रांसिस नू साडे बिशप साहिबान फादर साहिबान धर्म सेवकां नू साडी कौम दे नेतावां अते देश दे हाकमां नू दनाई अते दूर दृष्टि वाली सोच बख्श दे। ऐ प्रभु यीशु मां मरियम दे राही साडी प्रार्थना सुन। ऐ प्रभु बख्श दे कि सारे लोग शांति ते धार्मिक आजादी विच पैन प्रावां वांगू जीवन बतीत करन। ऐ प्रभु यीशु मां मरियम दे राही साडी प्रार्थना सुन। ऐ प्रभु बख्श दे कि तेरी पवित्र मर्जी दे मुताबक इस नवेना प्रार्थना विच हिस्सा लैण वाले सारे लोग अपनी तंदुरुस्ती नूं कायम रखन अते बीमार फिर चंगी सेहत हासिल करन। ऐ प्रभु यीशु मां मरियम दे राही साडी प्रार्थना सुन। ऐ प्रभु साडे सारे मोहे पैन भरावां नूं अते सारे विश्वासियां नूं जो इस दुनिया विचों चलाना कर गए हन सदी वी शांति बख्श दे। ऐ प्रभु यीशु मां मरियम दे राही साडी प्रार्थना सुन। ऐ प्रभु इस नवेना प्रार्थना दे सारे खास इरादियां विच अगवाई कर अते सहायता कर अते इत्थे हाजर सारयां दीयां लोड़ां नूं पूरियां कर। ऐ प्रभु यीशु मां मरियम दे राही साडी प्रार्थना सुन। ऐ प्रभु बख्श दे कि सारे लोग तेरी सच्चाई दी रोशनी वेखन अते तेरे प्यार दी खुशी नूं महसूस करन। ऐ प्रभु यीशु मां मरियम दे राही साडी प्रार्थना सुन। आओ हुण असीं सारे अपने दिलां विच अपनियां निजी जरूरतां अपनी प्यारी मां मरियम दे अगे पेश करिए। ऐ प्रभु यीशु कलीसिया दे राहीं सानूं दित्ते गए नव जीवन दे वरदान लई साडी शुक्रगुजारी कबूल कर। ऐ प्रभु यीशु असीं अपनी मां मरियम दे राहीं तेरा शुक्र करदे हां उन्हां सारियां फजलां लई अते बरकतां लई जिहड़ियां असीं कलीसिया विच सैक्रामेंटां राहीं प्राप्त कीतियां हन साडी शुक्रगुजारी कबूल कर। ऐ प्रभु यीशु असीं अपनी मां मरियम दे राहीं तेरा शुक्र करदे हां। सारियां रूहानी अते जिस्मानी बरकतां दे लई जो तू सानूं बख्शियां हन साडी शुक्रगुजारी कबूल कर। ऐ प्रभु यीशु असीं अपनी मां मरियम दे राहीं तेरा शुक्र करदे हां। आओ हुण असीं सारे सानूं मिलियां बरकतां दे लई अपने दिलां विच मां मरियम दा धन्नवाद करिए।
नाले सुधी ते नाले मेरी माँ सब औरतां दे विचों ताने हैं नाले सुधी ते नाले मेरी माँ सब औरतां दे विचों ताने हैं मरियम पे आरा चिता ना सबे और ताने बिचो ताने हैं नाले यीशु दीते नाले मेरी माँ सबे और ताने बिचो ताने ਦਾ ਸੁਨੇਹਾ ਜਬਰਾਇਲ ਆ ਕੇ ਦੱਸਿਆ ਜਬਰਾਇਲ ਆ ਕੇ ਦੱਸਿਆ ਯੀਸ਼ੂ ਨੇ ਤੇ ਤਾਰ ਲਿਆ ਰੂਪਾਕ ਵਸਿਆ ਰੂਪਾਕ ਵਸਿਆ ਜਿਹੜੇ ਵੇਲੇ ਕੀਤੀ ਉਹਨੇ ਹਾ ਸਭ ਔਰਤਾਂ ਦੇ ਵਿੱਚੋਂ ਤਾਨੇ ਹੈ ਨਾਲੇ ਯੀਸ਼ੂ ਦੀ ਤੇ ਨਾਲੇ ਮੇਰੀ ਮਾਂ सबे और तांदे विचो ताने हैं नाले यीशु दीते नाले मेरी माँ सबे और तांदे विचो ताने बीमारां लई प्रार्थना ए प्रभु अपने सेवकां वल ध्यान दे जो शरीरिक बीमारी नाल पीड़ित हन इन्हां नूं मदद बख्श अते सुरजीत कर जिन्हां दी तू रचना कीती है तेरी कृपा नाल ही ए अपने कष्टां तो मुक्त हो के तंदुरुस्त हो जान साडे प्रभु यीशु मसीह दे राहीं आमीन प्रभु यीशु मसीह तुहाडे नाल होवे अते तुहाडी रक्षा करे आमीन ओ तुहाडे अंदर निवास करे ते तुहानू सहारा देवे आमीन ओ तुहाडे अग्गे होवे ते तुहाडी अगुवाई करे आमीन ओ तुहाडे पिछे होवे ते तुहाडा बचाव करे आमीन ओ तुहाडे उपर होवे ते तुहानू बरकत देवे आमीन बाप बेटा अते रूह पाक दे नां दे उत्ते आमीन संगत दा विश्वास ए सदा सहाय मां तू प्रतापी अते दयालु है खुदा दियां सारियां बरकतां तेरे द्वारा ही सानू मिलदियां हन तू पापियां दी उम्मीद है प्यारी मां साडे कोल आ क्योंकि तू ही साडा आसरा अते भरोसा है तेरे हत्थां विच साडी मुक्ति है प्यारी मां असी तेरी संतान हां साडी देखभाल कर जे तू ए करेगी तां सानू किसे दा डर नहीं यीशु मसीह कोलों तू साडे पापां लई माफी हासिल कर तेरे नाल होके असी तेरे बेटे अते अपने भरा यीशु मसीह दे सामने पेश होना चाहुंदे हां जदो पाप अते बुराई साडे सामने हुंदे हन तद सानू प्रेरणा दे कि असी तेरा नाम लेके तेरे कोलो मदद मंगिए सदा सहाय मां सानू हमेशा पापा दी माफी यीशु मसीह ले प्यार आखिर तक दृढ़ विश्वास अते हर तरह दी मदद मंगण लई सदा अपने कोल आउन दा फसल दवा दे आमीन ओहन असी सारे संसार दे मसीह भैन भरावां नाल मिलके ਮਾਂ ਮਰੀਅਮ ਦੀ ਸਿਫਤ ਕਰੀਏ ਅਤੇ ਆਪਣੇ ਆਪ ਨੂੰ ਉਸ ਦੀ ਸ਼ਕਤੀਸ਼ਾਲੀ ਰਖਵਾਲੀ ਲਈ ਸੌਂਪ ਦੇਈਏ ਸਲਾਮੇ ਮਰੀਅਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧੰਨ ਹੈ ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯੇਸੂ ਐ ਹਜ਼ਰਤ ਮਰੀਅਮ ਖੁਦਾ ਦੀ ਮਾਂ ਅਸਾਂ ਗੁਨਾਹਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਏ ਖੁਦਾ ਦੀ ਪਾਕ ਮਾਂ ਸਾਡੇ ਲਈ ਦੁਆ ਕਰ ਤਾਂ ਜੋ ਅਸੀਂ ਮਸੀਹ ਦੇ ਵਾਅਦੇ ਦੇ ਲਾਇਕ ਬਣ ਜਾਈਏ ਅਸੀਂ ਪ੍ਰਾਰਥਨਾ ਕਰੀਏ ਏ ਪ੍ਰਭੂ ਯਿਸੂ ਤੂੰ ਆਪਣੀ ਮਾਂ ਨੂੰ ਸਾਡੀ ਮਾਂ ਬਣਾਇਆ ਜੋ ਹਰ ਵੇਲੇ ਸਾਡੀ ਸਹਾਇਤਾ ਲਈ ਤਿਆਰ ਰਹਿੰਦੀ ਹੈ ਅਸੀਂ ਉਸ ਦੀ ਤਸਵੀਰ ਦੇ ਸਾਹਮਣੇ ਖੜ੍ਹੇ ਹੋ ਕੇ ਉਸ ਦਾ ਆਦਰ ਕਰਦੇ ਹਾਂ ਕਿਰਪਾ ਕਰਕੇ ਅਸੀਂ ਉਸ ਦੀ ਪ੍ਰਾਰਥਨਾ ਦੀ ਸਹਾਇਤਾ ਨਾਲ ਹਮੇਸ਼ਾ ਤੇਰੀ ਮੁਕਤੀ ਦੇ ਫਲ ਹਾਸਲ ਕਰ ਸਕੀਏ ਅਸੀਂ ਇਹ ਬਰਕਤ ਮੰਗਦੇ ਹਾਂ ਤੇਰੇ ਤੋਂ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਮੁਬਾਰਕ ਕੁਮਾਰੀ ਮਰੀਅਮ ਦੇ ਮਰੀਅਮ ਨੂੰ ਯਿਸੂ ਦੀ ਮਾਂ ਬਣਾਉਣ ਦੇ ਰਾਹੀਂ
खुदा दे अपनी महर नाल मनुख जाति नू नजात बख्शी वो थानू अपलिया अपनिया प्रकटा नाल माला माल करो आमीन। माँ मरियम दे रही तेर तुसी जीवन दे मालिक नू ब, ब कबूल करन ते लाइक बन जा बन होए के तुसी हर समय अते हर जगह तु यीशु दी रक्या नू महसूस करो आमीन। अज दे दिन तेरी तुसी श्रद्धा अते अते भक्ति दे नाल यथे इकते होए हाँ अकते होए हो तुसी अपने नाल स्वर्ग की दाता अते रूहानी रूहानी खुशिया दे खजाने नू लाइक के जावे आमीन। पूरी कुदरत वाले खुदा बाप अते बैठे अते रूह पाक दी बरकत तुआनू तुआनू विच सदा तो सदा दिखर आमीन। हेलो 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 मसीह विच प्यारे भरा ते भैनों बिशप साहब जी दे नां दे उत्ते मैं कुछ शब्द बोलना चाहुंदा हाँ। तुसी देखिया है कि पिछले 14 दिनों तो साढ़े इस कैथीड्रल दे विच प्यारी मां मरियम दे आदर दे विच असी लगातार पाकमास दी कुरबानी रोजरी माला दा जाप नवेना प्रार्थना शोभा यात्रा करदे होए मां मरियम दी सिफारिश दे राही प्रभु दियां बरकतां हासिल कर रहे सी। साड़ी पूरी डायसिस वक्रियां वक्रियां डीनरियां तो आके मां मरियम दे आदर दे विच इस महामारी दे दौरान अपनियां प्रार्थनावां अर्जा मिनतां याचनावां प्रभु दे अग्गे पेश कीतियां ने। फोटो खिचालो ते ये सारा जो प्रोग्राम है ये बहुत ही सोहने ढंग दे नाल चलाया गया ते तुसी हर रोज़ देख रहे सी कि पाकमास दी कुरबानी दे बाद जो भी फादर इत्थे अपनी संगत नू लैके आउंदे सी उन्हां सारियां दा धन्नवाद साडे मानयोग फादर जोस कर रहे सी क्योंकि वो इस इलाके दे इंचार्ज ने रैक्टर ने। लेकिन अज बिशप साहब जी दे नां दे उत्ते बिशप साहब जी दी मौजूदगी दे विच मैं तुहाडे सारियां दे वल्लों ते खास करके बिशप साहब जी दे वल्लों मानयोग फादर जोस टी जी दा बहुत बहुत धन्नवाद करदा हाँ क्योंकि ये इन्हां ने मेहनत लगन अते बहुत ही सोहणे तरीके दे नाल ये जो 15 दिन का प्रोग्राम सी सोहणे ढंग दे नाल चलाया है। फादर जी हमेशा साडी सेवा दे विच ने हमेशा साडे नाल साडे लई प्रार्थना करदे रहिंदे ने इस करके साडी ड्यूटी है कि असी फादर जी की भी शुक्रगुजारी करिए। हुण मैं बिशप साहब जी दे अगे प्रार्थना करदा हाँ बेनती करदा हाँ कि वह साडे मानयोग फादर जोस जी नू शॉल या सरोपा दे के उन्हां दा धन्नवाद करन सन्मान करन। सो बहुत बहुत धन्नवाद फादर जोस्टी जी ते फादर जी दे नाल ही साडी डायसिस दे मोनसीनियोर मोनसीनियोर डैनियल जी भी इत्थे ही रहिंदे हन। फादर जी कैथीड्रल दे विच हर काम दे विच खास करके इतराफ सुनन विच पाकमास दी कुरबानी चढ़ाउण दे लई अते सारे जो भी मदद दी लोड़ हुंदी है फादर जी हमेशा इत्थे तैयार बर तैयार रहिंदे ने। मैं बिशप साहब जी दे अगे बेनती करदा हाँ कि वह भी साडे सारयां दे नां दे उत्ते मोनसीनियोर डैनियल जी नूं भी धन्नवाद आखण ते सरोपा दे के सन्मान करन। ते हर साल पिछले 20 सालां तों साडे फादर जी साइकल यात्रा दा आयोजन करदे हन वख-वख मुद्दियां दे उत्ते वख-वख हर साल उन्हां दा कोई ना कोई विशा हुंदा है ते मेरे ख्याल नाल इस साल करोना दी महामारी दा खात्मा होण दे लई ये जो शोभा यात्रा कढ़ी गई सी ते फादर जी दे नाल बहुत सारे साडे नौजवान
ਫਤਿਹਗੜ੍ਹ ਡਿੰਦਰੀ ਤੋਂ ਫਤਿਹਗੜ੍ਹ ਚਰਚ ਤੋਂ ਸਾਈਕਲ ਚਲਾ ਕੇ ਇਸ ਗਿਰਜਾਘਰ ਵਿੱਚ ਪਹੁੰਚੇ ਫਾਦਰ ਜੀ ਦੀ ਅਗਵਾਈ ਵਿੱਚ। ਸੋ ਫਾਦਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਬਹੁਤ ਬਹੁਤ ਧੰਨਵਾਦ। ਸਾਡੇ ਇੱਕ ਹੋਰ ਫਾਦਰ ਜੀ ਫਾਦਰ ਜੇਮਸ ਚਾਕੋ ਜੀ ਸਮਾਈਲ ਕਰ ਰਹੇ ਨੇ ਉੱਥੇ ਖੜ੍ਹੇ ਹੋ ਕੇ, ਅੱਗੇ ਆ ਜਾਓ ਫਾਦਰ ਜੀ ਵੀ। ਫਾਦਰ ਜੀ ਫਾਦਰ ਜੋਸਤੀ ਅਤੇ ਫਾਦਰ ਡੈਨੀਅਲ ਜੀ ਦੇ ਨਾਲ ਇਸ ਪੈਰਿਸ਼ ਦੇ ਵਿੱਚ ਬਹੁਤ ਸੇਵਾ ਕਰ ਰਹੇ ਨੇ। ਜਿੰਨੇ ਵੀ ਪ੍ਰੋਗਰਾਮ ਇੱਥੇ ਹੋਏ ਨੇ ਉਹਦੇ ਵਿੱਚ ਫਾਦਰ ਜੇਮਸ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜੋ ਵੀ ਲੰਗਰ ਹੈ, ਜੋ ਵੀ ਪ੍ਰੋਸੈਸ਼ਨ, ਜੋ ਵੀ ਇੱਥੇ ਕਾਰਗੁਜ਼ਾਰੀ ਹੋ ਰਹੀ ਹੈ, ਫਾਦਰ ਜੀ ਉਹਦੇ ਵਿੱਚ ਪੂਰੇ ਜੋਸ਼ੀਲੇ ਢੰਗ ਦੇ ਨਾਲ ਹਿੱਸਾ ਲੈ ਰਹੇ ਨੇ। ਅਤੇ ਫਾਦਰ ਜੀ ਸਾਡੀ ਡਾਇਸਿਸ ਦੀ ਯੂਥ ਦੇ ਡਾਇਰੈਕਟਰ ਵੀ ਨੇ ਅਤੇ ਹੁਣ ਨਾਲ ਨਾਲ ਆਪਣੀ ਪੜ੍ਹਾਈ ਵੀ ਕਰ ਰਹੇ ਨੇ ਅਤੇ ਸਾਡੇ ਯੂਥ ਨੌਜਵਾਨਾਂ ਦੀ ਅਗਵਾਈ ਵੀ ਕਰ ਰਹੇ ਨੇ ਅਤੇ ਇਸ ਪੈਰਿਸ਼ ਦੇ ਵਿੱਚ ਆਪਣਾ ਪੂਰਾ ਪੂਰਾ ਸਾਥ ਦੇ ਰਹੇ ਨੇ। ਸੋ ਫਾਦਰ ਜੀ ਬਹੁਤ ਬਹੁਤ ਧੰਨਵਾਦ। ਸਾਡੇ ਬਿਸ਼ਪ ਜੀ ਹੁਣ ਉਹਨਾਂ ਦਾ ਸਰੋਪਾ ਪਾ ਕੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ। ਅਤੇ ਨਾਲ ਹੀ ਨਾਲ ਸਾਡੀਆਂ ਸਾਰੀਆਂ ਸਿਸਟਰਾਂ ਦਾ, ਸਾਡੇ ਮੁਨਾਦ ਭਰਾ ਬਹੁ ਸੈਮੂਅਲ ਅਤੇ ਦੂਸਰੇ ਬਹੁ ਜੀ ਦਾ ਨਾਮ ਰਾਜਨ ਜੀ, ਉਹ ਵੀ ਇਸ ਪੈਰਿਸ਼ ਦੇ ਵਿੱਚ ਬਹੁਤ ਮਿਹਨਤ ਕਰ ਰਹੇ ਨੇ। ਸਿਸਟਰਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਨਾਲ ਹੀ ਨਾਲ ਪੈਰਿਸ਼ ਕੌਂਸਲ, ਮਰੀਅਮ ਸੈਨਾ, ਸਲੀਬੀ ਸੈਨਾ, ਸਾਡੇ ਯੂਥ ਦੇ ਨੌਜਵਾਨ ਅਤੇ ਓਲਟਰ ਬੋਇਸ, ਹੈਂ ਹੋਰ ਕਿਹੜੀ ਸੈਨਾ, ਬਾਕੀ ਸਾਰੀ ਪ੍ਰਾਰਥਨਾ ਭਵਨ ਟੀਵੀ ਦੇ ਸਾਡੇ ਭਰਾ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ, ਸਾਡੀ ਪੂਰੀ ਡਾਇਸਿਸ ਦੇ ਵਿੱਚ ਹਰੇਕ ਵਿਸ਼ਵਾਸੀ ਤੱਕ ਇਹ ਜੋ ਪ੍ਰੋਗਰਾਮ ਇੱਥੇ ਚੱਲ ਰਿਹਾ ਸੀ ਪਹੁੰਚਾਇਆ, ਉਹਨਾਂ ਦਾ ਵੀ, ਫਾਦਰ ਮਾਰਟਿਨ ਸਾਦਿਕ ਜੀ ਦਾ ਜੋ ਇੱਥੇ ਚੇਚੇ ਤੌਰ 'ਤੇ ਪਹੁੰਚੇ ਨੇ, ਅਤੇ ਇੱਕ ਵਾਰੀ ਫਿਰ ਤੁਹਾਡਾ ਸਭਨਾਂ ਦਾ ਜਿੰਨਿਆਂ ਨੇ ਵੀ ਇੱਥੇ ਆ ਕੇ ਮਾਂ ਮਰੀਅਮ ਦੀ ਸਿਫਾਰਿਸ਼ ਮੰਗੀ ਹੈ, ਬਹੁਤ ਬਹੁਤ ਧੰਨਵਾਦ, ਸ਼ੁਕਰਗੁਜ਼ਾਰੀ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਫਜ਼ਲਾਂ ਦੀ ਮਾਂ ਏ ਤੂੰ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ ਏ ਤੂੰ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ, ਮਾਏ ਨੀ ਮਾਏ ਮਾਂ ਮਰੀਅਮ, ਅਸੀਂ ਕਰਦੇ ਹਾਂ ਤੈਨੂੰ ਸਲਾਮ। ਮਾਏ ਨੀ ਮਾਏ ਮਾਂ ਮਰੀਅਮ, ਅਸੀਂ ਕਰਦੇ ਹਾਂ ਤੈਨੂੰ ਸਲਾਮ। ਫਜ਼ਲਾਂ ਦੀ ਮਾਂ ਏ ਤੂੰ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ ਏ ਤੂੰ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ, ਫਜ਼ਲਾਂ ਦੀ ਮਾਂ, ਮਾਏ ਨੀ ਮਾਏ ਮਾਂ ਮਰੀਅਮ, ਅਸੀਂ ਕਰਦੇ ਹਾਂ ਤੈਨੂੰ ਸਲਾਮ। ਮਾਏ ਨੀ ਮਾਏ ਮਾਂ ਮਰੀਅਮ, ਅਸੀਂ ਕਰਦੇ ਹਾਂ ਤੈਨੂੰ ਸਲਾਮ। ਤਨ ਗਏ ਤੂੰ ਨਾਲੇ ਤਨ ਤੇਰੇ ਪੇਟ ਦਾ ਫਲ ਗਏ ਯੇਸੂ, ਤਨ ਗਏ ਤੂੰ ਨਾਲੇ ਤਨ ਤੇਰੇ ਪੇਟ ਦਾ ਫਲ ਗਏ ਯੇਸੂ, ਫਲ ਗਏ ਯੇਸੂ, ਮਾਏ ਨੀ ਮਾਏ ਮਾਂ ਮਰੀਅਮ, ਅਸੀਂ ਕਰਦੇ ਹਾਂ ਤੈਨੂੰ ਸਲਾਮ। ਮਾਏ ਨੀ ਮਾਏ ਮਾਂ ਮਰੀਅਮ, ਅਸੀਂ ਕਰਦੇ ਹਾਂ ਤੈਨੂੰ ਸਲਾਮ, ਅਸੀਂ ਕਰਦੇ ਹਾਂ ਤੈਨੂੰ ਸਲਾਮ। ਮਾਏ ਨੀ ਮਾਏ ਮਾਂ ਮਰੀਅਮ, ਅਸੀਂ ਕਰਦੇ ਹਾਂ ਤੈਨੂੰ ਸਲਾਮ, ਅਸੀਂ ਕਰਦੇ ਹਾਂ ਤੈਨੂੰ ਸਲਾਮ।
ਤੈਨੂੰ ਸਲਾਮ।